ਪ੍ਰੋਗਰਾਮ 16 ਨੇ ਸੱਚੇ ਤੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੇ ਚੋਣਾਂ ਦੇ ਮਾਹੌਲ ਦੇ ਵਿੱਚ ਜੋ ਕੁਝ ਚੱਲਦਾ ਰਿਹਾ ਕੌਣ ਕਿੰਨਾ ਸਹੀ ਬੋਲਿਆ ਔਰ ਮੁੱਦਿਆਂ ਉੱਤੇ ਗੱਲ ਕਰਨ ਵਾਲੇ ਕਿੰਨੇ ਕੁ ਸੀ ਔਰ ਪੰਜਾਬ ਦੇ ਮੁੱਦਿਆਂ ਨੂੰ ਅਹਿਮ ਰੱਖ ਕੇ ਸਿਆਸਤ ਕਿਸ ਨੇ ਕੀਤੀ ਹੈ ਜਾਂ ਜਿਹੜੇ ਦੂਸਰੀ ਧਿਰਾਂ ਜਿਨ੍ਹਾਂ ਨੇ ਸਿਰਫ ਤੋਮਤ ਬਾਜੀ ਕੀਤੀ ਇੱਕ ਦੂਜੇ ਉੱਤੇ ਚਿੱਕੜ ਸਟਿਆ ਉਹ ਕਿੰਨੇ ਕੁ ਜ਼ਿਆਦਾ ਗਿਣਤੀ ਦੇ ਵਿੱਚ ਨੇ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਭਾਜਪਾ ਜੋ ਕੇਂਦਰ ਵਿੱਚ ਤਾਂ ਸੱਤਾ ਵਿੱਚ ਹੈ ਇੱਥੇ ਬਹੁਤ ਸਾਰੇ ਵੱਡੇ ਵੱਡੇ ਦਾਅਵੇ ਕੀਤੇ ਗਏ ਇਸ ਦੀ ਵੀ ਗੱਲ ਹੋਵੇਗੀ ਹੋਰ ਵੀ ਪੰਜਾਬ ਦੀਆਂ ਚੋਣਾਂ ਨਾਲ ਤੇ ਮੁੱਦਿਆਂ ਨਾਲ ਜੁੜੀਆਂ ਅਹਿਮ ਗੱਲਾਂ ਨੇ ਉਹ ਸਾਰੀਆਂ ਅੱਜ ਅਸੀਂ ਕਰਨੀਆਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰ ਲਈਏ ਕਿ ਮੁੱਦੇ ਤਾਂ ਗੈਬ ਰਹਿ ਰਹੇ ਰਹੇ ਉਸ ਦੇ ਉੱਤੇ ਆਉਣੇ ਆਪਾਂ ਪਹਿਲਾਂ ਭਾਜਪਾ ਦੀ ਗੱਲ ਕਰ ਲਈਏ ਭਾਜਪਾ ਕਹਿੰਦੀ ਕਿ ਤਿੰਨ ਸੀਟਾਂ ਸੀ ਪਹਿਲਾਂ ਹੁਣ ਕਹਿੰਦੇ ਅਸੀਂ ਇਸ ਤੋਂ ਵੱਧ ਢੜਲੇ ਦੇ ਨਾਲ ਔਰ ਕੱਲੇ ਕਹਿ ਰਹੇ ਪਹਿਲੀ ਵਾਰੀ ਲੜ ਰਹੇ ਹਾਂ ਔਰ ਜਿੱਤਾਂਗੇ ਔਰ 10 ਕੇ ਗਏ ਇਥੇ ਕੋਈ ਕਹਿੰਦਾ ਯੋਗੀ ਦਿੱਤਿਆਨਾਥ ਨੇ ਕਿਹਾ ਕਿ 48 ਘੰਟੇ ਦੇ ਦਿਓ ਅਸੀਂ ਇਥੋਂ ਗੈਂਗਸਟਰਵਾਦ ਗੁੰਡਾਗਰਦੀ ਖਤਮ ਕਰ ਦੇਣੀ ਹੈ ਔਰ ਕਾਨੂੰਨ ਵਿਵਸਥਾ ਠੀਕ ਕਰ ਦੇਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਪੱਧਰ ਉੱਤੇ ਕਿਸਾਨਾਂ ਨੂੰ ਗੱਲ ਨਾ ਲਾਉਣ ਵਾਲੀਆਂ ਗੱਲਾਂ ਆਖੀਆਂ ਔਰ ਬਹੁਤ ਕੁਝ ਕਿਹਾ ਅਮਿਤ ਸ਼ਾ ਤਾਂ ਕੇਂਦਰੀ ਵਜ਼ੀਰ ਹੀ ਬਣਾ ਕੇ ਤੁਰ ਗਏ ਇਥੋਂ ਰਵਨੀਤ ਬਿੱਟੂ ਨੂੰ ਇਥੋਂ ਜੇ ਅਸੀਂ ਸ਼ੁਰੂਆਤ ਕਰੀਏ ਤਾਂ ਕਿੰਨਿਆਂ ਕੋ ਉਹਨਾਂ ਦੀਆਂ ਗੱਲਾਂ 'ਚ ਦਮ ਲੱਗਦਾ ਦੇਖੋ ਪੰਜਾਬ ਨੂੰ ਭਾਜਪਾ ਦੇ ਲੀਡਰ ਸਮਝ ਨਹੀਂ ਸਕਿਆ ਕਿ ਪੰਜਾਬ ਉਹਨਾਂ ਨੂੰ ਲੱਗਦਾ ਕਿ ਇੱਥੇ ਵੀ ਅਸੀਂ ਸਮਾਜ ਨੂੰ ਵੰਡ ਕੇ ਫਿਰਕਿਆਂ ਨੂੰ ਕੇ ਸੱਤਾ ਤੇ ਕਬਜ਼ਾ ਕਰ ਲਿਆ ਜਿਵੇਂ ਉਹਨਾਂ ਨੇ ਹਰਿਆਣਾ ਚ ਕਰ ਦਿੰਦੇ ਨੇ ਮੱਚ ਉਹਦੇ ਚ ਹਿਮਾਚਲ ਚ ਕਰ ਦਿੰਦੇ ਨੇ ਰਾਜਸਥਾਨ ਦੇ ਵਿੱਚ ਕਰ ਦਿੰਦੇ ਨੇ ਮਧ ਪ੍ਰਦੇਸ਼ ਦੇ ਵਿੱਚ ਕਰ ਦਿੰਦੇ ਨੇ ਯੂਪੀ ਦੇ ਵਿੱਚ ਕਰ ਦਿੰਦੇ ਨੇ ਮਹਾਰਾਸ਼ਟਰ ਵਿੱਚ ਕਰ ਦਿੰਦੇ ਨੇ ਹਰ ਸਟੇਟ ਦੇ ਵਿੱਚ ਉਹ ਕਰ ਦਿੰਦੇ ਆਗੇ ਨੇ ਪਰ ਜਿਹੜੇ ਯੂਪੀ ਦੇ ਮੁੱਖਿਆ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਨੇ ਇੱਕ ਇੱਥੇ ਪੰਜਾਬ ਦੇ ਵਿੱਚ ਵੱਡੀ ਗੱਪ ਮਾਰੀ ਆ ਕਿ ਮੈਨੂੰ 48 ਘੰਟੇ ਦੇ ਦਿਓ 48 ਘੰਟੇ ਤੁਹਾਡੇ ਕੋਲ ਮਨੀਪੁਰ ਵੀ ਹੈਗੇ ਨੇ ਉੱਥੇ ਤੁਸੀਂ ਕਿੰਨਾ ਕੀ ਧੀਆਂ ਭੈਣਾਂ ਦੀ ਕਿਵੇਂ ਵਿਪਤਾ ਲੁੱਟੀਆਂ ਗਈਆਂ ਉੱਥੇ ਤਾਂ ਪ੍ਰਾਈਮ ਮਿਨਿਸਟਰ ਨੇ ਬੋਲੇ ਉੱਥੇ ਦੇ ਜੋਗੀ ਦਿੱਤਿਆ ਨਾਥ ਨੇ ਬੋਲੇ ਜੋਗੀ ਦਿੱਤਿਆ ਨਾਥ ਨੇ ਯੂਪੀ ਦੇ ਵਿੱਚ ਕੀ ਕੀਤਾ ਇੱਕ ਫਿਰਕੇ ਦੀ ਬਦਮਾਸ਼ੀ ਖਤਮ ਕਰਕੇ ਉੱਥੇ ਦੂਜਾ ਜਿਹੜਾ ਮੈਜੋਰਟੀ ਚ ਫਿਰਕਾ ਉਹਦੀ ਬਦਮਾਸ਼ੀ ਗੁੰਡਾਗਰਦੀ ਸ਼ੁਰੂ ਹੋ ਗਿਆ ਉਹ 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 ਨਾਲ ਕਿ ਕੌਣ ਜਵਾਬ ਦੇਊਗਾ ਔਰ ਜਿਵੇਂ ਅੱਜ ਹੀ ਇੱਕ ਸਿੱਖ ਪਰਿਵਾਰ ਦੀ ਇੱਕ ਗ੍ਰੰਥੀ ਦੀ 13 ਸਾਲ ਦੀ ਕੁੜੀ ਜੋਗੀ ਦਿੱਤਿਆ ਨਾਦੀ ਸਰਕਾਰ ਦੇ ਵਿੱਚ ਕੁੜੀ ਨੂੰ ਗਵਾਹ ਕਰ ਲਿਆ ਗਿਆ ਉਹਦੇ ਨਾਲ ਮਾੜੇ ਕੰਮ ਕੀਤੇ ਗਏ ਨੇ ਉਹਦੇ ਤੇਰੇ ਕੋ ਫੜੇ ਨਹੀਂ ਗਏ ਹੈਗੇ ਮਤਲਬ ਭਾਜਪਾ ਦੇ ਲੀਡਰ ਆ ਕੇ ਪੰਜਾਬ ਚ ਵੀ ਗੱਪਾਂ ਮਾਰਦੇ ਨੇ ਕਿਉਂਕਿ ਅੱਜ ਕੱਲ ਗੱਪਾਂ ਦੀ ਸਿਆਸਤ ਚੱਲਦੀ ਹੈ ਵੱਡੀ ਗੱਪ ਕੌਣ ਮਾਰਦਾ ਤੇ ਵੱਡੀ ਝੂਠ ਕੌਣ ਬੋਲਦਾ ਦੇਸ਼ ਦੇ ਵਿੱਚ ਸਿਆਸਤ ਉਹ ਚੱਲਦੀ ਹੈ ਗਿਆ ਯੂਪੀ ਦੇ ਵਿੱਚ ਗੁੰਡਾਗਰਦੀ ਉਦਾਂ ਹੀ ਆ ਪਹਿਲਾਂ ਇੱਕ ਫਿਰਕੇ ਦੀ ਸੀ ਹੁਣ ਦੂਜੇ ਫਿਰਕੇ ਦੀ ਲਫਾਫੇ ਤੁਸੀਂ ਹੱਥ ਦੇ ਵਿੱਚ ਕਾਲਾ ਸੀ ਤੇ ਤੁਸੀਂ ਲੋਕਾਂ ਦੇ ਮਰਡਰ ਕਰਦੇ ਉਥੇ ਮਰਡਰ ਹੋ ਜਾਂਦੀ ਕਿ ਸ਼ਾਇਦ ਇਹਦੇ ਚ ਗਾਂ ਦਾ ਮੀਟ ਜੇ ਕੋਈ ਉਥੇ ਆਪਣੀ ਨਮਾਜ਼ ਕਰਦਾ ਸੀ ਉਥੇ ਕੁੱਟ ਪੈਂਦੀ ਹੈਗੀ ਆ ਫਿਰ ਰੋਡ ਤੇ ਸ਼ੜਕਾਂ ਦੇ ਰੇਲਵੇ ਸਟੇਸ਼ਨਾਂ ਦੇ ਸਾਈਡ ਤੇ ਪਾਰਕਾਂ 'ਚ ਉਥੇ ਗੁੰਡਾਗਰਦੀ ਸ਼ੁਰੂ ਹੋਏ ਨਵੇਂ ਤੇਰੇ ਦੇ ਗੁੰਡਾਗਰਦੀ ਸ਼ੁਰੂ ਆ ਅੱਗੇ ਸੀ ਕਿ ਹਰ ਕੌਮ ਦੇ ਵਿੱਚ ਸਾਰੇ ਮਾੜੇ ਵੀ ਨੇ ਤੇ ਸਾਰੇ ਚੰਗੇ ਨੇ ਪਰ ਜਿਵੇਂ ਤੁਸੀਂ ਕਹਿ ਰਹੇ ਕਿ ਅਸੀਂ ਉਥੇ ਇੱਕ ਫਿਰਕੇ ਨੂੰ ਡਰਾ ਕੇ ਧਮਕਾ ਕੇ ਬਲੋਜਰ ਚਲਾ ਕੇ ਉਹਨੂੰ ਗੁੰਡਾਗਰਦੀ ਨਹੀਂ ਕਹਿੰਦੇ ਉੱਥੇ ਸਰਕਾਰੀ ਬਦਮਾਸ਼ੀ ਕਹਿੰਦੇ ਆਗੇ ਨੇ ਤੇ ਪੰਜਾਬ 'ਚ ਸਰਕਾਰੀ ਬਦਮਾਸ਼ੀ ਨਹੀਂ ਚੱਲਦੀ ਪੰਜਾਬ ਨੇ ਨਾ ਅਬਦਾਲੀਆਂ ਦੀ ਨਾ ਮੁਗਲਾਂ ਦੀ ਇੰਨਾ ਅੰਗਰੇਜ਼ਾਂ ਦੀ ਨਾ ਜੋ ਕੇ ਭਾਰਤ ਦੀਆਂ ਸਰਕਾਰਾਂ ਦੀ ਬਦਮਾਸ਼ੀ ਨਹੀਂ ਚੱਲੀ ਆਗੀ ਇਸ ਕਰਕੇ ਇਹ ਗੱਲਾਂ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਦੇ ਵਿੱਚ ਹੋ ਸਕਦੀਆਂ ਪੰਜਾਬ ਦੇ ਹਾਂ ਕਾਨੂੰਨ ਵਿਵਸਥਾ ਹਰ ਸਟੇਟ ਦਾ ਇੱਕ ਆਪਣੀ ਪ੍ਰੋਬਲਮ ਆ ਗੁਜਰਾਤ ਦੇ ਵਿੱਚ ਆਪਣੀ ਪ੍ਰੋਬਲਮ ਜਿੰਨਾ ਨਸ਼ਾ ਉਥੇ ਬੰਦਰਗਾਹ ਤੇ ਆ ਰਿਹਾ ਉਹ ਉਸ ਬਾਰੇ ਪ੍ਰਾਈਮ ਮਿੰਟਰ ਸਾਹਿਬ ਵੀ ਚੁੱਪ ਨੇ ਦੇਸ਼ ਦੇ ਮંત્રી ਵੀ ਚੁੱਪ ਨੇ ਤੇ ਜੇ ਬਾਰਡਰ ਤੋਂ ਡਰੋਨ ਆਉਂਦੇ ਨੇ ਤੇ ਕਹਿੰਦੇ ਪੰਜਾਬ ਖਤਰੇ ਦੇ ਵਿੱਚ ਆ ਤੁਹਾਡੀਆਂ ਕੁਰਸੀਆਂ ਖਤਰੇ ਦੇ ਵਿੱਚ ਆ ਉਥੇ ਯੂਪੀ ਦੇ ਵਿੱਚ ਲਖੀਮਪੁਰੀ ਦੇ ਵਿੱਚ ਇੱਕ ਸੈਂਟਰ ਦੇ ਵਜ਼ੀਰ ਦਾ ਮੁੰਡਾ ਸ਼ਰੀਆ ਬਦਮਾਸ਼ੀ ਕਰਕੇ ਸ਼ੇ ਲੋਕਾਂ ਨੂੰ ਮਾਰ ਦਿੰਦਾ ਹੈਗਾ ਉਹ ਗੁੰਡਾਗਰਦੀ ਉਸ ਤੇ ਜੋ ਕੀ ਦਿੱਤੇ ਨਾ ਹੱਥ ਬੋਲੇ ਆ ਕਿਨੇ ਪੰਜਾਬ ਦੇ ਵਿੱਚ ਆ ਕੇ ਸਿਰ ਤੇ ਤੁਸੀਂ ਕੇਸਰੀਆਂ ਪੱਗਾਂ ਬਣ ਕੇ ਸਿੱਖ ਨਹੀਂ ਬਣ ਜੋਗੇ ਪੰਜਾਬੀਆਂ ਦੇ ਦਿਲ ਦੇ ਨਾਲ ਨਾ ਤੁਹਾਨੂੰ ਦਿਲ ਵੱਡੇ ਕਰਨੇ ਪੈਣੇ ਤੁਹਾਡੇ ਤੇ ਚਿੜੀ ਦੇ ਬੋਰਡ ਜਿੰਨੇ ਦੇ ਲੈਣੇ ਤੁਸੀਂ ਸਿੱਖਾਂ ਨੂੰ ਹੋਰ ਐਂਗਲ ਦੇ ਨਾਲ ਦੇਖਣਾ ਚਾਹੁੰਦੇ ਹੋ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਹੱਤਵਾਦੀ ਨਹੀਂ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਖਾਲਸਤਾਨੀ ਨਹੀਂ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਮਾਇਓਵਾਦੀ ਨਹੀਂ ਕਿਹਾ ਤੁਸੀਂ ਕੀ ਕੀ ਕੁਝ ਨਹੀਂ ਕਿਹਾ ਹੈਗਾ ਤੇ ਫਿਰ ਤੁਸੀਂ ਪੰਜਾਬ ਚ ਭਾਵੇਂ ਜਿੰਦੇ ਚ ਰਜੀ ਲੜਦੇ ਰੋ ਠੀਕ ਹੈ ਪੰਜਾਬ ਦੇ ਵਿੱਚ ਕੁਝ ਅਜਿਹੇ ਸਿਕਿਉਰਟੀਆਂ ਦੇ ਭੁੱਖੇ ਸੱਤਾ ਦੇ ਭੁੱਖੇ ਜਿਹੜੇ ਲੋਕ ਨੇ ਉਹ ਤੁਹਾਡੇ ਵਿੱਚ ਸ਼ਾਮਲ ਹੋ ਗਏ ਨੇ ਇਸ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰੀਏ ਬਾਗਾ ਬਾਰਡਰ ਜਾਂ ਵਪਾਰ ਵਾਲੀ ਗੱਲ ਆ ਉਸ ਦੇ ਉੱਤੇ ਕੋ ਬਹੁਤੀ ਗੱਲ ਨਹੀਂ ਹੋਈ ਪਰ ਇੰਨਾ ਗੱਲ ਦਾ ਵਾਰ-ਵਾਰ ਕਹਿੰਦੇ ਰਹੇ ਦੋ ਤਿੰਨ ਥਾਵਾਂ ਤੇ ਉਹਨਾਂ ਨੇ ਜਿਹੜੀਆਂ ਰੈਲੀਆਂ ਕੀਤੀਆਂ ਕਹਿੰਦੇ ਮੇਰਾ ਤਾਂ ਪੰਜਾਬ ਨਾਲ ਖੂਨ ਦਾ ਰਿਸ਼ਤਾ ਹੈ ਉਹ ਖੂਨ ਦੇ ਰਿਸ਼ਤੇ ਦੀ ਡੈਫੀਨੇਸ਼ਨ ਨਹੀਂ ਦੱਸੀ ਪ੍ਰਭਾਸ਼ਾ ਨਹੀਂ ਦੱਸੀ ਕਿਵੇਂ ਹੈ ਪ੍ਰਾਈਮ ਮਿਨਿਸਟਰ ਦਾ ਇੱਕ ਤਕੀਆ ਕਲੱਬ ਬਣ ਗਿਆ ਉਹ ਜਿਹੜੇ ਵੀ ਸਟੇਟ ਦੇ ਵਿੱਚ ਜਾਂਦੇ ਨੇ ਮੇਰਾ ਖੂਨ ਦਾ ਰਿਸ਼ਤਾ ਹੈ ਤੇ ਪ੍ਰਚਾਰਕ ਦੇ ਤੌਰ ਤੇ ਕੰਮ ਕੀਤਾ ਇੱਥੇ ਰਹੇ ਨੇ ਜਦੋਂ 1975 ਜੇ ਐਮਰਜੈਂਸੀ ਲੱਗੀ ਰਹੀ ਹੈ ਤੁਸੀਂ ਸਿੱਖ ਦਾ ਰੂਪ ਧਾਰ ਕੇ ਗੁਰਦੁਆਰਿਆਂ 'ਚ ਠਹਿਰ ਦੇ ਰਹੇ ਨੇ ਉਹਨੂੰ ਖੂਨ ਦਾ ਰਿਸ਼ਤਾ ਨਹੀਂ ਕਹਦੇ ਖੂਨ ਦਾ ਰਿਸ਼ਤਾ ਤੁਹਾਡੇ ਮਾਣ ਆ ਹੁੰਦਾ ਤੁਹਾਡੇ ਪਿਓ ਨਾਲ ਹੁੰਦਾ ਤੁਹਾਡੇ ਰਿਸ਼ਤੇਦਾਰਾਂ ਨਾਲ ਤੁਹਾਡੀ ਮਿੱਟੀ ਦੇ ਨਾਲ ਹੁੰਦਾ ਤੁਹਾਡਾ ਖੂਨ ਦਾ ਰਿਸ਼ਤਾ ਰਾਜਸਥਾਨ ਉਹ ਗੁਜਰਾਤ ਦੇ ਨਾਲ ਹੋ ਸਕਦਾ ਨਾ ਉਹਨ ਪੰਜਾਬ ਦੇ ਵਿੱਚ ਜੇ ਕੋਈ ਪੰਜਾਬੀ ਕਹਦੇ ਕਿ ਮੇਰਾ ਗੁਜਰਾਤ ਦੇ ਨਾਲ ਖੂਨ ਦਾ ਰਿਸ਼ਤਾ ਕਿਵੇਂ ਨਾ ਨਾਨਕੇ ਨਾ ਦਾਦਕੇ ਨਾ ਭੂਆ ਨਾ ਫੁੱਫੜ ਨਾ ਮਾਸੀ ਨਾ ਮਾਸੜ ਨਾ ਇਹ ਕਿਵੇਂ ਟੈਂਪਰੇਰੀਆਂ ਗੱਲਾਂ ਹੁੰਦੀਆਂ ਕਿ ਇਦਾਂ ਦੇ ਉਹਨਾਂ ਤੱਕਿਆ ਕਲਾਮ ਬਣ ਗਿਆਗਾ ਮੇਰਾ ਰੇਲਵੇ ਸਟੇਸ਼ਨ ਹੈ ਮੇ ਚਾਹ ਵਾਲਾ ਵਾ ਤੇ ਮੇਰਾ ਖੂਨ ਦਾ ਰਿਸ਼ਤਾ ਇਹ ਲੋਕਾਂ ਨੂੰ ਕਿ ਪਰਮਾਉਣ ਦੀਆਂ ਗਲਾਂ ਹੁੰਦੀਆਂ ਨੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਅੰਮਰਸਾਹ ਤੋਂ ਕੈਂਡੀਡੇਟ ਤਰਨਜੀਤ ਸਿੰਘ ਸੰਧੂ ਸਾਹਿਬ ਜਿਹੜੇ ਅੱਜ ਕੱਲ ਹੁਣ ਸਮੁੰਦਰੀ ਵੀ ਲਿਖਣਾ ਸ਼ੁਰੂ ਕਰ ਗਏ ਨੇ ਉਹ ਕਹਿੰਦੇ ਕਿ ਬਾਰਡਰ ਖੁੱਲਣਾ ਚਾਹੀਦਾ ਤਰਨਜੀਤ ਸਿੰਘ ਸੰਧੂ ਸਾਹਿਬ ਦੱਸਣ ਕਿ ਤੇਰੇ ਪ੍ਰਾਈਮ ਮਿਨਿਸਟਰ ਨੇ ਤੇਰੇ ਹੋਮ ਮਿਨਿਸਟਰ ਨੇ ਤੇਰੇ ਡਿਫੈਂਸ ਮਿਨਿਸਟਰ ਨੇ ਤੇਰੇ ਨਿਤਨ ਗੜਗੜੀ ਨੇ ਤੇਰੇ ਪਿਊਸ਼ ਗੋਲੇ ਤੇਰੀ ਸਮ੍ਰਿਤੀ ਰਾਣੀ ਨੇ ਜਿੰਨੇ ਵੀ ਸੈਂਟਰ ਦੇ ਵਜ਼ੀਰ ਪੰਜਾਬ ਚਾਇਰਖਦੀ ਉਹਨਾਂ ਨੇ ਕਿਹਾ ਕਿ ਅਸੀਂ ਬਾਰਡਰ ਖੋਲਾਂਗੇ ਨਹੀਂ ਬਾਰਡਰ ਉਹਨਾਂ ਨੇ ਖੋਲਣੇ ਵਪਾਰੀਆਂ ਕਰਕੇ ਜਦੋਂ ਦੇਖਦੇ ਪ੍ਰਾਈਮ ਮਿਨਿਸਟਰ ਚੁੱਪਚੀਪੀ ਤੇ ਨਵਾਜ਼ ਸ਼ਰੀਫ ਦੀ ਪੋਤੀ ਦੇ ਵਿਆਹ ਤੇ ਚਲੇ ਜਾਂਦੇ ਕਿਉਂਕਿ ਉਦੋਂ ਨਾਲ ਇੱਕ ਹਿੰਦੁਸਤਾਨ ਦੇ ਇੱਕ ਵੱਡਾ ਬਿਜ਼ਨਸਮੈਨ ਸੀ ਜਿਹਦੀ ਗੈਸ ਪਾਈਪ ਪਾਣੀ ਸੀ ਵਾਇਆ ਈਰਾਨ ਤੋਂ ਵਾਇਆ ਪਾਕਿਸਤਾਨ ਫਿਰ ਭਾਰਤ ਦੇ ਵਿੱਚ ਉਹ ਚੁੱਪਚੀਤੇ ਚਲ ਤੇ ਗੁਜਰਾਤ ਦਾ ਕਾਰੋਬਾਰ ਕਿਉਂ ਨਹੀਂ ਪਾਕਿਸਤਾਨ ਦੇ ਨਾਲ ਹੋ ਰਿਹਾ ਕਰਾਚੀ ਦਾ ਵਪਾਰ ਬੰਬੇ ਨਾਲ ਹੋ ਰਿਹਾ ਪੰਜਾਬ ਦਾ ਜੇ ਵਾਗਾ ਬਾਰਡਰ ਖੁੱਲ ਜੇ ਤੇ ਭਾਜਪੀ ਜਾਂ ਜਿਹੜਾ ਉੱਥੇ ਸੈਂਟਰ ਦੇ ਵਿੱਚ ਐਂਟੀ ਪੰਜਾਬ ਸੋਚ ਬੈਠੀ ਹੈਗੀ ਉਹ ਨਹੀਂ ਚਾਹੁੰਦੀ ਕਿ ਪੰਜਾਬ ਤਰੱਕੀ ਕਰੇ ਨਾ ਤੇ ਇਸ ਕਰਕੇ ਗੱਲਾਂ ਇਹਨਾਂ ਦੀਆਂ ਨਾ ਬਿਲਕੁਲ ਠੋਕੀਆਂ ਗੱਲਾਂ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਵੀ ਚਾਈ ਨਹੀਂ ਜਪਦੀ ਇੱਕ ਇਹਮ ਗੱਲ ਅੱਜ ਵੇਖੀ ਗਈ ਕਿ ਅਖੀਰਲਾ ਦਿਨ ਸੀ ਪ੍ਰਚਾਰ ਦਾ ਇਸੇ ਦੇ ਦੌਰਾਨ ਇੱਕ ਚਿੱਠੀ ਆਉਂਦੀ ਹੈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਉਹਨਾਂ ਨੇ ਕਿਹਾ ਕਿ ਇਸ ਵਾਰੀ ਆਖਰੀ ਮੌਕਾ ਹੈ ਪੰਜਾਬ ਵਾਸੀਆਂ ਨੂੰ ਸਮੋਧਨ ਹੁੰਦਿਆਂ ਚਿੱਠੀ 'ਚ ਬਹੁਤ ਗੱਲਾਂ ਲਿਖੀਆਂ ਕਿਸਾਨਾਂ ਨੂੰ ਵੀ ਧਿਆਨ 'ਚ ਰੱਖ ਕੇ ਹੋਰ ਨਾਂ ਵਰਗਾਂ ਨੂੰ ਧਿਆਨ 'ਚ ਰੱਖ ਕੇ ਨਾਲੇ ਕਹਿੰਦੇ ਕਿ ਮੈਂ ਨਹੀਂ ਅਜੇ ਤੱਕ ਦੇਖਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇੰਨੀ ਕੜਤਨ ਭਰੀ ਸ਼ਬਦਾਵਲੀ ਵੀ ਵਰਤਦਾ ਹੋਵੇ ਭਾਸ਼ਣਾ 'ਚ ਨਹੀਂ ਇਹ ਦੇ ਸਚਾਈ ਹੈ ਦੇਖੋ ਡਾਕਟਰ ਬਨਮੋਹਨ ਸਿੰਘ ਵਰਗੇ ਦੇਸ਼ ਨੂੰ ਹੀਰੇ ਨਹੀਂ ਮਿਲ ਲਿਆਗੇ ਨਾ ਉਸ ਤੋਂ ਪਹਿਲਾਂ ਨਾ ਉਸ ਤੋਂ

ਉਹ ਜਿੰਨੀ ਹਿੰਦੁਸਤਾਨ ਦੀ ਇੱਕ ਪਰਸਨੈਲਿਟੀ ਆ ਉਸ ਪਰਸਨੈਲਿਟੀ ਦੀ ਕੋਈ ਰੀਸ ਨਹੀਂ ਕਰ ਸਕਦਾ ਕੋਈ ਸੋਚ ਵੀ ਨਹੀਂ ਸਕਦਾ ਜਿਵੇਂ ਉਹਨਾਂ ਨੂੰ ਵਰਲਡ ਸਲਾਮਾ ਕਰਦੇ ਨੇ ਉਹਨਾਂ ਨੇ ਝੂਠ ਨਹੀਂ ਬੋਲਿਆ ਉਹਨਾਂ ਨੇ ਸ਼ਲਾਵਾ ਹੀ ਨਹੀਂ ਕੀਤਾ ਹੈਗੇ ਉਹਨਾਂ ਨੇ ਮਾਰਕੀਟਿੰਗ ਮੈਨੇਜਮੈਂਟ ਦਾ ਫੰਡਾ ਨਹੀਂ ਬਣਾਇਆ ਉਹਦੇ ਸਿੱਧੇ ਸੇ ਸਟੇਟ ਦੀ ਦੇਸ਼ ਦੀ ਇਕਨੋਮੀ ਨੂੰ ਸੁਧਾਰਿਆ ਦੇਸ਼ ਦੀ ਰੋਜ਼ਗਾਰ ਨੂੰ ਦੇਸ਼ ਦੀ ਪਾਲਿਸੀਆਂ ਨੂੰ ਸੰਭਾਲਿਆ ਹੈਗਾ ਉਹਨਾਂ ਨੇ ਗੱਪਾਂ ਨਹੀਂ ਛੱਡੀਆਂ ਝੂਠ ਨਹੀਂ ਬੋਲਿਆ ਹੈਗਾ ਨਿੱਕੀ ਗੱਲ ਨੂੰ ਵੱਡੀ ਗੱਲ ਕਰਕੇ ਨਹੀਂ ਦਿਖਾਇਆ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਸਿਆਸਤਾਂ ਉਹ ਹੋ ਗਈਆਂ ਇਵੈਂਟ ਮੈਨੇਜਮੈਂਟ ਹੋ ਗਈ ਉਹਨਾਂ ਨੇ ਇਵੈਂਟ ਮੈਨੇਜਮੈਂਟ ਨਹੀਂ ਕੀਤੀ ਆ ਗਈ ਅਮਰੀਕਾ ਜਾਪਾਨ ਰੂਸ ਰਸ਼ੀਆ ਇੰਗਲੈਂਡ ਕੈਨੇਡਾ ਵਰਗੇ ਦੇਸ਼ ਵੀ ਇਕਨੋਮੀ ਦੇ ਤੌਰ ਤੇ ਹਿਲਗੇ ਸੀ ਲੇਕਿਨ ਹਿੰਦੁਸਤਾਨ ਨਹੀਂ ਹਿਲਿਆ ਓਡੇ ਵੱਡੇ ਕਾਬਲ ਓਡੇ ਵੱਡੇ ਇੰਟੈਲੈਕਚੁਅਲ ਓਡੇ ਵੱਡੇ ਅਰਥ ਸ਼ਾਸਤਰੀ ਓਡੇ ਵੱਡੇ ਸਮਾਜ ਸ਼ਾਸਤਰੀ ਦੇਸ਼ ਦੇ ਵਿੱਚ ਨਹੀਂ ਮਿਲਨੇ ਆਗੇ ਡਾਕਟਰ ਮਨਮੋਹਨ ਸਿੰਘ ਵਰਗੇ ਤੇ ਪਰਸਨੈਲਿਟੀ ਤੇ ਸਦੀਆਂ ਬਾਅਦ ਪੈਦਾ ਹੁੰਦੀ ਆ ਉਹ ਵਾਕਈ ਗੱਲ ਹੈ ਜਿਨੇ ਜਿਵੇਂ ਸਾਡੇ ਇਹ ਵਾਲੇ ਪ੍ਰਾਈਮ ਮਿਨਿਸਟਰ ਸਾਹਿਬ ਨਰਿੰਦਰ ਮੋਦੀ ਸਾਹਿਬ ਇੱਕ ਫਿਰਕੇ ਨੂੰ ਲੈ ਕੇ ਯਾਰ ਘੋਲਦੇ ਨਾ ਉਹਦਾ ਲੱਗਦਾ ਕਿ ਤੁਸੀਂ ਇੱਕ ਮੈਜੋਰਟੀ ਦੇ ਪ੍ਰਾਈਮ ਮਿਨਿਸਟਰ ਤੁਸੀਂ 140 ਕਰੋੜ ਲੋਕਾਂ ਦੇ ਆ ਪ੍ਰਧਾਨ ਮੰਤਰੀ ਨੂੰ ਹਾਂ ਹਰ ਧਰਮ ਦੇ ਵਿੱਚ ਹਿੰਦੂਆਂ ਦੇ ਵਿੱਚ ਵੀ ਮਾੜੇ ਲੋਕ ਨੇ ਸਿੱਖਾਂ ਦੇ ਵਿੱਚ ਵੀ ਅਸਾਈਆਂ ਦੇ ਵਿੱਚ ਵੀ ਆ ਮੁਸਲਮਾਨਾਂ ਦੇ ਵਿੱਚ ਪਰ ਅਸੀਂ ਢਾਈ ਕਿ ਟੋਕ ਟੋਟੜੂ ਜਿਹੜੇ ਨੇ ਉਹਨਾਂ ਕਰਕੇ ਪੂਰੀ ਕੌਮ ਨੂੰ ਥੋੜਾ ਬਦਨਾਮ ਕਰ ਸਕਦੇ ਨਾ ਜਿਵੇਂ ਸਿੱਖ ਕੌਮ ਦੇ ਵਿੱਚ ਜਾਂ ਤੁਹਾਡੇ ਦੇ ਇਦਾਂ ਤੇ ਉਹ ਵੀ ਜਿਨ੍ਹਾਂ ਨੇ ਇਸੇ ਸਮਝੌਤਾ ਐਕਸਪ੍ਰੈਸ ਉਹ ਵੀ ਇੱਕ ਹਿੰਦੂ ਹੀ ਜਿਨ੍ਹਾਂ ਨੇ ਬੰਬੇ ਦਾ ਬਿਹਤਰ ਇਨਕਾਊਂਟਰ ਸਪੈਸ਼ਲਿਸਟ ਮਾਰਿਆ ਸੀ ਉਹਨਾਂ ਦੇ ਵੀ ਕਾਤਲ ਬਾਅਦ ਚ ਬੀਜੇਪੀ ਦੇ ਐਮਪੀ ਬਣ ਗਏ ਨੇ ਤੇ ਸਾਰਾ ਹਿੰਦੂ ਭਾਈਚਾਰਾ ਥੋੜਾ ਬਰਬਾਹ ਮਾੜਾ ਹੈਗਾ ਇਸ ਕਰਕੇ ਇਹ ਪ੍ਰਾਈਮ ਮਿਨਿਸਟਰ ਜਾਂ ਬੀਜੇਪੀ ਨੇ ਜਿੰਨਾ ਸਮਾਜ ਦੇ ਵਿੱਚ ਜ਼ਹਿਰ ਕੋਲਿਆ ਇੱਥੇ ਇੱਕ ਕੋੜੀ ਸਚਾਈਏ ਨੂੰ ਬੀਜੇਪੀ ਵਾਲੇ ਮੰਨਣ ਜਾਣ ਨਾ ਮੰਨ ਲੇਕਿਨ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਅੱਜ ਚਿੱਠੀ ਪੰਜਾਬੀਆਂ ਦੇ ਵਿੱਚ ਲਿਖਿਆ ਪ੍ਰਾਈਮ ਮਿਨਿਸਟਰ ਕਿਉਂਕਿ ਸੇਤ ਉਹਨਾਂ ਅਗਿਆਨੀ ਦੰਦੇ ਅਗੇ ਬਹੁਤ ਵਡੇਰੀ ਉਮਰ ਦੇ ਹੋਗੇ ਨੇ ਚਾਹੇ ਉਹਨਾਂ ਨੇ ਚਿੱਠੀ ਲਿਖਾਈ ਗਈ ਆ ਕਿਉਂਕਿ ਉਹਨੂੰ ਮੈਨੂੰ ਲੱਗਦਾ ਕੋ ਬੋਲਦੇ ਜਿਆਦਾ ਤੇ ਉਹਨਾਂ ਨੂੰ ਉਰਦੂ ਜ਼ਬਾਨ ਨਾਲ ਇੰਗਲਿਸ਼ ਆਉਂਦੀ ਆ ਪਰ ਜਿਹੜੇ ਉਹਨਾਂ ਨੇ ਚਿੱਠੀ ਰਾਈ ਆਪਣੇ ਜਜ਼ਬਾਤ ਸਾਂਝੇ ਕੀਤੇ ਨੇ ਉਹ لازਮੀ ਤੌਰ ਤੇ ਪੰਜਾਬੀ ਕੀ ਛੱਡੋ ਪੂਰਾ ਹਿੰਦੁਸਤਾਨ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਨੇ ਪ੍ਰਾਈਮ ਮਿਨਿਸਟਰ ਨੂੰ ਲੈ ਕੇ ਕਿਸੇ ਨੇ ਮਾੜੇ ਸ਼ਬਦ ਨਹੀਂ ਬੋਲੇ ਡਾਕਟਰ ਮਨਮੋਹਨ ਸਿੰਘ ਬਾਰੇ ਕਿਸੇ ਵੀ ਚੀਫ ਮਿਨਿਸਟਰ ਵੱਲੋਂ ਖਾਸ ਕਰਕੇ ਪੰਜਾਬ ਦੇ ਲੀਡਰ ਇਥੋਂ ਤੱਕ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਵੀ ਕਦੇ ਵੀ ਉਹਨਾਂ ਦੇ ਖਿਲਾਫ ਮਾੜੇ ਸ਼ਬਦ ਨਹੀਂ ਬੋਲੇ ਆਗੇ ਪਰ ਹੁਣ ਤੇ ਹਰ ਕੋਈ ਪ੍ਰਾਈਮ ਮਿਨਿਸਟਰ ਬਾਰੇ ਕਿਉਂਕਿ ਜਿੱਦਾਂ ਦੀ ਪਰਸਨੈਲਿਟੀ ਹੈ ਲੋਕ ਗੱਲਾਂ ਕਰਦੇ ਨੇ ਹਾਲਾਂਕਿ ਉਦੋਂ ਭਾਜਪਾ ਵਾਲਿਆਂ ਨੇ ਵੀ ਕਿਹਾ ਖਾਸ ਕਰਕੇ ਭਾਜਪਾ ਦੇ ਜਿਹੜਾ ਨਵਜੋਤ ਸਿੰਘ ਸਿੱਧੂ ਹੁਣੀ ਉਦੋਂ ਇਹਨਾਂ ਨੇ ਟੋੜ ਕੇ ਛੱਡੇ ਸੀ ਕਿ ਸਰਦਾਰ ਨਹੀਂ ਅਸਰਦਾਰ ਪਰ ਬਾਅਦ ਚ ਕਹਿਣਾ ਪਿਆ ਕਿ ਤੁਸੀਂ ਸਰਦਾਰ ਵੀ ਹੋ ਤੇ ਅਸਰਦਾਰ ਵੀ ਹੋ ਕਿਉਂਕਿ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਤੇ ਗੱਲਾਂ ਕਰਨੀਆਂ ਨਾ ਕੋਈ ਵੀ ਕਰਦਾ ਉਹ ਕਹਿੰਦੇ ਹੁੰਦੇ ਕਿ ਕਿ ਚੰਦਰਮਾ ਤੇ ਥੋਕ ਤੁਸੀਂ ਥੋਕ ਸੁੱਟੋਗੇ ਨਾ ਤੇ ਤੁਹਾਡੇ ਤੇ ਡਿੱਗਣਾਗਾ ਉਹ ਉਸ ਲੈਵਲ ਦੀ ਪਰਸਨੈਲਿਟੀਜ਼ ਦੇ ਪੰਜਾਬੀ ਤੇ ਉਹਨਾਂ ਦੀ ਪੰਜਾਬੀ ਛੱਡੋ ਸਿੱਖ ਛੱਡੋ ਉਹਨਾਂ ਦਾ ਸਾਰਾ ਹਿੰਦੁਸਤਾਨ ਇੱਕ ਅਦਰ ਕਰਦਾ ਖਾਸ ਕਰਕੇ ਜਿਹੜੇ ਸਾਡੇ ਹਿੰਦੁਸਤਾਨ ਦੇ ਵਪਾਰੀ ਬੁੱਧੀਜੀਵੀ ਯੂਨੀਵਰਸਿਟੀਆਂ ਦੇ ਵਿੱਚ ਸਕੂਲਾਂ ਦੇ ਕਾਲਜਾਂ ਦੇ ਵਿੱਚ ਪ੍ਰੋਫੈਸਰ ਪੜਾਉਣ ਵਾਲੇ ਤੇ ਜਿਹੜੇ ਅਗਾਹ ਵੱਧੂ ਸੋਚ ਰੱਖਣ ਵਾਲੇ ਜਿਨ੍ਹਾਂ ਦੀ ਪੋਜ਼ਿਟਿਵ ਸੋਚ ਆ ਰਾਈਟ ਟ੍ਰੈਕ ਆ ਗਿਆ ਉਹਨਾਂ ਨੂੰ ਪਤਾ ਹੈਗਾ ਕਿ ਡਾਕਟਰ ਮਨਮੋਹ ਸਿੰਘ ਕੌਣ ਸਨ ਇਸ ਕਰਕੇ ਪੰਜਾਬ ਦੇ ਹਮੇਸ਼ਾ ਉਹਨਾਂ ਦਾ ਕਦਰ ਕਰਦਾ ਚਾਹੇ ਕਿਸੇ ਵੀ ਪਾਰਟੀ ਦੇ ਲੀਡਰ ਹੋਣ ਅੱਜ ਦੇ ਦਿਨੇ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲਾਂ ਤਾਂ ਤਿੰਨ ਪ੍ਰੋਗਰਾਮ ਰੱਖੇ ਗਈ ਸੀ ਲਿਖੇ ਗਈ ਸੀ ਚੌਥਾ ਜਿਹੜਾ ਨਵਾਂ ਬਣਾਇਆ ਗਿਆ ਪ੍ਰੋਗਰਾਮ ਹੁਸ਼ਿਆਰਪੁਰ ਦਾ ਹੈਲੀਪੈਡ ਦੇ ਉੱਥੇ ਜੋ ਜੋ ਅੱਜ ਹੋਇਆ ਉੱਥੇ ਦੱਸਿਆ ਗਿਆ ਕਿ ਰਿਪੋਰਟ ਵੀ ਡੀਸੀ ਨੇ ਮੰਗੀ ਹੈ ਪਾਣੀ ਛੱਡ ਦਿੱਤਾ ਗਿਆ ਉਸ ਦੇ ਉੱਤੇ ਵੀ ਜਾਂਚ ਮੰਗੀ ਗਈ ਹੈ ਪਰ ਇਸ ਦੇ ਦੌਰਾਨ ਕਿ ਹੁਸ਼ਿਆਰਪੁਰ ਦੀ ਰੈਲੀ ਕਰਨੀ ਜ਼ਰੂਰੀ ਕਿਉਂ ਸੀ ਇਸ ਦੇ ਬਾਰੇ ਕੀ ਖਿਆਲ ਹੈ ਦੇਖੋ ਸਭ ਤੋਂ ਵੱਡੀ ਗੱਲ ਸੀਟਾਂ ਦੇ ਲੜਦੇ ਸੀ ਪੰਜਾਬ ਦੀਆਂ ਕੁੱਲ 13 ਸੀਟਾਂ ਤੇ ਇਸ ਕਰਕੇ ਬੀਜੇਪੀ ਨੂੰ ਕਹਿ ਸਕਦੇ ਅੱਜ ਦੀ ਤਰੀਕ ਦੇ ਨਾ ਤਿੰਨਾਂ ਚੋਂ ਨਾ 13 ਚੋਂ ਨਾ ਖੜਹਾਰੀਆਂ ਚੋਂ ਨਾ ਪਲੇਅਰਾਂ ਚੋਂ ਨਾ ਸਪੀਰਾਂ ਚੋਂ ਨਾ ਹੁਣ ਸਵਾਲ ਹੈ ਕਿ ਬੀਜੇਪੀ ਪਹਿਲਾਂ ਤਿੰਨ ਸੀਟਾਂ ਦੇ ਨਾਲ 6-7% ਵੋਟ ਪਰਸੈਂਟ ਹੈ ਹੁਣ ਆਟੋਮੈਟਿਕਲੀ 10 ਸੀਟਾਂ ਹੋਰ ਜੋੜ ਜਾਣੀਆਂ ਇਸ ਕਰਕੇ ਇਹਨਾਂ ਨੂੰ ਕਹਿਣ ਜੋਗੇ ਹੋ ਜਾਣਗੇ ਦੇਖੋ ਜੀ ਅਸੀਂ ਤਾਂ ਬਹੁਤ ਗੇਨ ਕੀਤਾ ਹੈ ਨਾ ਇੱਕ ਗੱਲ ਦੂਜਾ ਇਹਨਾਂ ਨੂੰ ਲੱਗਦਾ ਹੈ ਕਿ ਸਾਡੀ ਹੋਰ ਕਿਤੇ ਦਾਲ ਨਹੀਂ ਗਲ ਰਹੀਗੀ ਛਾਰਪੁਰ ਦਾਲ ਗਲ ਰਹੀ ਇਹਨਾਂ ਦੀ ਇਸ ਕਰਕੇ ਪ੍ਰਾਈਮ ਮਿਨਿਸਟਰ ਵੀ ਇਹਨਾਂ ਰੈਲੀ ਕਰਵਾਤੇ ਕਿ ਚਲੋ ਘੱ ਕੀਤਾ ਉਹਨਾਂ ਦੇ ਅਗੇ ਪਟਿਆਲੇ ਵੀ ਕੀਤਾ ਸ਼ਾਇਦ ਉੱਥੇ ਪ੍ਰਨੀਤ ਕੌਰ ਕਹਿੰਦੇ ਤੀਜੇ ਜਾਂ ਚੌਥੇ ਨੰਬਰ ਤੇ ਚੱਲ ਰਹੇ ਨੇ ਜਲੰਧਰ ਦੇ ਵਿੱਚ ਕੀਤਾਗਾ ਸ਼ੀਲ ਰਿੰਕੂ ਵੀ ਉੱਥੇ ਦੂਜੇ ਜਾਂ ਤੀਜੇ ਤੇ ਚੱਲ ਰਹੇ ਹਕ ਨੇ ਤੇ ਹੁਣ ਸ਼ਾਰਪੁਰ ਦੁਬਾਰਾ ਗੁਰਦਾਸਪੁਰ ਤੇ ਇਹਨਾਂ ਦਾ ਬੰਦਾ ਬਹੁਤ ਢਿੱਲਾ ਹੈ ਉੱਥੇ ਵੀ ਜਿੱਤਣ ਵਾਲੀ ਪੋਜੀਸ਼ਨ ਚ ਸ਼ਾਰਪੁਰ ਇਹਨਾਂ ਨੂੰ ਇੱਕ ਲੱਗਦਾ ਕਿ ਜਿੱਤ ਸਕਦੇ ਨੇ ਇਸ ਕਰਕੇ ਉੱਥੇ ਪ੍ਰਾਈਮ ਮਿਨਿਸਟਰ ਨੇ ਦੁਬਾਰਾ ਪਹਿਲਾਂ ਉਹਨਾਂ ਦਾ ਕੋਈ ਰੂਟ ਨਹੀਂ ਕੋਈ ਟੂਰ ਨਹੀਂ ਸੀ ਆਗੇ ਉਹ ਵਾਲਾ ਹੈ ਕਿ ਸ਼ਾਰਪੁਰ ਤੋਂ ਜਿਹੜੇ ਸੋਮ ਪ੍ਰਕਾਸ਼ ਆ ਉਹਨਾਂ ਦੀ ਪਤਨੀ ਜਿਹੜੀ ਨੀਤਾ ਸੋਮ ਪ੍ਰਕਾਸ਼ ਜਿੱਤ ਸਕਦੇ ਨੇ ਇਸ ਇਹਦੇ ਬਸ ਗਰੂਰ ਵੀ ਕੈਂਡੀਡੇਟ ਸੀ ਅੰਮ੍ਰਿਤਸਰ ਕੈਂਡੀਡੇਟ ਸੀ ਉਹ ਦੂਜਾ ਫਿਰੋਜ਼ਪੁਰ ਸੀ ਸਾਰਗੇ ਸੀਟਾਂ ਦੇ ਕੈਂਡੀਡੇਟ ਸੀ ਲੜ ਸ ਉਹ ਤੇ ਬਹੁਤ ਸਾਰੇ ਲੇਕਿਨ ਉਹਨਾਂ ਨੇ ਤਿੰਨ ਕਰਵਾਈਆਂ ਕਿ ਸ਼ਾਇਦ ਪਟਿਆਲੇ ਕੋਲ ਮਾਲਵਾ ਕਵਰ ਹੋ ਜਾਊਗਾ ਜਲੰਧਰ ਕੋਲ ਉਹ ਸੈਂਟਰ ਪੰਜਾਬ ਕਵਰ ਹੋ ਜਾਊਗਾ ਪਰ ਇੱਕ ਹੈ ਦੂਜੀ ਗੱਲ ਕਿ ਜਿਹੜੀ ਅੱਜ ਉੱਥੇ ਹਰਕਤ ਹੋਈ ਆ ਉਹ ਹਰਕਤ ਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਚਾਹੇ ਉਹ ਪੁਲਿਸ ਕਹੇ ਲੋ ਚਾਹੇ ਸਿਵਲ ਪ੍ਰਸ਼ਾਸਨ ਕਹੇ ਕਿ ਪ੍ਰਾਈਮ ਮਿਨਿਸਟਰ ਦੀ ਜਿਹੜੀ ਰੈਲੀ ਦੇ ਵਾਲੀ ਜਿਹੜਾ ਜਿੱਥੇ ਉਹਨਾਂ ਦਾ ਜਹਾਜ਼ ਉਤਰਨਾ ਸੀ ਉੱਥੇ ਕਿਵੇਂ ਉੱਥੇ ਸਿਕਿਉਰਿਟੀ ਕਿ ਉੱਥੇ ਕਿਸ ਨੇ ਨਹਿਰ ਹੀ ਤੋੜ ਦਿੱਤੀ ਗੇਟ ਹੀ ਖੋਲ ਦਿੱਤਾਗਾ ਉਹ ਪਾਣੀ ਪਿੰਡੋਂ ਪਿੰਡ ਘਮਾਉਂਦਾ ਸੜਕ ਦੇ ਸੜਕ ਤੋਂ ਹੈਲੀਪੈਡ ਦੇ ਗੇਟ ਬੜਾ ਸੀਰੀਅਸ ਨੋਟ ਆ ਇਸ ਮਸਲੇ ਦੇ ਮੈਂ ਲੱਗਦਾ ਜ਼ਿੰਮੇਵਾਰ ਅਫਸਰਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਉਹਨਾਂ ਨੂੰ ਸਸਪੈਂਡ ਜਾਂ ਡ ਇਹ ਚੇਲੇ ਆਸੀ ਹੋਰ ਬੜਾ ਸੀਰੀਅਸ ਕੇਸ ਬਣ ਜਾਂਦਾ ਹੈਗਾ ਪ੍ਰਾਈਮ ਮਿਨਿਸਟਰ ਸਾਰਿਆਂ ਦੇ ਨੇ ਔਰ ਇਦਾਂ ਦੀ ਅਗਰ ਕਿਸੇ ਦੀ ਸਿਕਿਉਰਿਟੀ ਨੂੰ ਲੈ ਕੇ ਜਾਂ ਪ੍ਰੋਟੋਕੋਲ ਜਾਂ ਡੈਕੋਰਮ ਟੁੱਟਦਾ ਹੈਗਾ ਉਹਦੇ ਨਾਲ ਨੁਕਸਾਨ ਹੁੰਦਾ ਹੁਣ ਇਹਦੇ ਪਿੱਛੇ ਸ਼ਰਾਰਤ ਕੌਣ ਹੈ ਕਿਹੜੇ ਸ਼ਰਾਰਤੀ ਆ ਪੁਲਿਸ ਨੂੰ ਉਸਤੇ ਕਾਰਵਾਈ ਕਰਨੀ ਚਾਹਾਲਾਂਕਿ ਉੱਥੋਂ ਦੀ ਜਿਹੜੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਉਹਨਾਂ ਨੇ ਤਾਂ ਜਾਂਚ ਦੇ ਦਿੱਤੇ ਨਾ ਪਰ ਮੈਂ ਲੰਦਾ ਇਸ ਮਸਲੇ ਦੇ ਵਿੱਚ ਸਟੇਟ ਗਵਰਨਮੈਂਟ ਨੂੰ ਚਾਹੀਦਾ ਸੀਐਮ ਪੰਜਾਬ ਨੂੰ ਚਾਹੀਦਾ ਚੀਫ ਸਕੱਰੇਟਰੀ ਨੂੰ ਚਾਹੀਦਾ ਹੈਗਾ ਕਿ ਇਹਨੂੰ ਸੀਰੀਅਸ ਲਿਆ ਜਾਵੇ ਇਹਨੂੰ ਹਲਕੇ ਦੇ ਵਿੱਚ ਨਾ ਚਾਏ ਕਿ ਨੇ ਸ਼ਰਾਰਤ ਕੀਤੀ ਹੈ ਉਹ ਤੇ ਕਾਰਵਾਈ ਬੰਦ ਹੀ ਆ ਇਹ ਸਾਜਿਸ਼ ਹੈ ਤੇ ਬਹੁਤ ਵੱਡਾ ਸੀਰੀਅਸ ਨੋਟ ਹੈ ਪਰ ਪ੍ਰਾਈਮ ਮਿਨਿਸਟਰ ਦੀ ਚਾਹੇ ਪਟਿਆਲਾ ਦੇਖ ਲੋ ਚਾਹੇ ਗੁਰਦਾਸਪੁਰ ਦੇਖ ਲੋ ਚਾਹੇ ਜਲੰਧਰ ਦੇਖ ਲੋ ਪੰਜਾਬ ਦੀ ਗੱਲ ਉਹਨਾਂ ਨੇ ਕੀਤੀ ਸੋ ਉਹਨਾਂ ਸਿਰਫ ਤੇ ਕਾਂਗਰਸ ਨੂੰ ਭੰਡਿਆਗਾ ਪੰਜਾਬ ਦਾ ਜਿਹੜਾ ਜਿਹੜਾ ਵਿਜ਼ਨ ਹੈ ਉਹ ਤੁਹਾਨੂੰ ਦੱਸਣਾ ਚਾਹੀਦਾ ਸੀ ਪੰਜਾਬ ਨੂੰ ਲੈ ਕੇ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਜਵਾਨਾਂ ਦੀ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੇ ਨਹੀਂ ਕੀਤੀ ਪੰਜਾਬ ਦੇ ਬਾਰਡਰ ਦੀ ਗੱਲ ਕਰਨਾ ਚਾਹੀਦੀ ਪੰਜਾਬ ਨੂੰ ਮੈਨੂੰ ਲੱਗਦਾ ਕਿ ਜਿਹੜੀ ਉੱਥੇ ਦਿੱਲੀ ਜਿਹੜੀ ਆ ਜੇ ਦੀ ਕਦੇ ਵੀ ਪੰਜਾਬ ਦੇ ਨਾਲ ਬਣੀ ਉਹ ਪੰਜਾਬ ਨੂੰ ਇਕਨੋਮਿਕਲੀ ਮਾਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਦਿੱਲੀ ਬੈਠ ਕੇ ਤੇ ਪੰਜਾਬ ਮਾਰਦਾ ਨਹੀਂ ਬਾਬੇ ਨਾਨਕ ਦੀ ਧਰਤੀ ਆ بڑے ਜ਼ਾਲਮ ਲੋਕ ਆਏ ਨੇ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਤੇ ਜੋ ਕਿ ਭਾਰਤੀਆਂ ਸਰਕਾਰਾਂ ਨੇ ਵੀ ਪੰਜਾਬ ਦੇ ਨਾਲ ਮਤਰੀਅ ਸਲੂਕ ਹੀ ਕੀਤਾ ਹੈਗਾ ਪੰਜਾਬ ਨੂੰ ਜਿਹੜੇ ਨਾਮ ਮਿਲਨੇ ਚਾਹੀਦੇ ਸੀ ਨਾ ਉਹ ਨਾਮਾਂ ਦੀ ਜਗ੍ਹਾ ਬਦਨਾਮੀ ਦਿੱਤੀ ਦਿੱਲੀ ਬੈਠ ਕੇ ਉਹ ਚੀਜ਼ਾਂ ਨੇ ਕਿ ਪੰਜਾਬ ਇਸ ਸੂਬੇ ਨੂੰ ਇਕਨੋਮੀ ਤੌਰ ਤੇ ਖਤਮ ਕੀਤਾ ਜਾਵੇ ਕਿਉਂਕਿ ਵਾਰ-ਵਾਰ ਜਿਹੜਾ ਪੰਜਾਬ ਉਹ ਚੁੱਬਦਾ ਪੰਜਾਬ ਗੁੰਗਾ ਨਹੀਂ ਆ ਪੰਜਾਬ ਅੰਨਾ ਨਹੀਂ ਆ ਪੰਜਾਬ ਬੋਲਾ ਨਹੀਂ ਆ ਪਰ ਬਾਕੀ ਜਿਹੜੇ ਸਟੇਟ ਨਾ ਉਹ ਅੰਨੇ ਬੋਲੇ ਗੁੰਗੇ ਦੇ ਤਰ੍ਹਾਂ ਦੇ ਹੈਗੇ ਨੇ ਕਿ ਠੀਕ ਆ ਜੇ ਰੋਟੀ ਮਿਲ ਗਈ ਤੇ ਮਿਲ ਗਈ ਉਹਨਾਂ ਨੂੰ ਐਮਐਸਪੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਨਹੀਂ ਤੇ ਜੂਪੀ ਵਾਲੇ ਲੋਕ ਬਿਹਾਰ ਵਾਲੇ ਲੋਕ ਪੰਜਾਬ ਚ ਆ ਕੇ ਦਿਹਾੜੀਆਂ ਕਿਉਂ ਕਰਨ ਜੇ ਅਗਰ ਉੱਥੋਂ ਦੇ ਲੋਕਾਂ ਨੂੰ ਐਮਐਸਪੀ ਮਿਲੀ ਹੁੰਦੀ ਉਹਨਾਂ ਨੂੰ ਇੱਥੇ ਆਉਂਦੀ ਕਿ ਲੋੜਾ ਸਾਢੇ 2 ਕਿਲੇ ਵਾਲਾ ਵੀ ਰਸੋਣੀ ਰੋਟੀ ਖਾਂਦਾ ਉਹ ਤੇ 5 ਕਿਲੇ ਵਾਲਾ ਵੀ ਪੰਜਾਬ ਚ ਆ ਕੇ ਦਿਹਾੜੀਆਂ ਕਰਨੀਆਂ ਪੈ ਰੀਆਂ ਜਦ ਤੱਕ ਉਹ ਲੋਕ ਜਿਹੜੇ ਧਰਮ ਤੋਂ ਬਾਹਰ ਅੰਨੇ ਭਗਤ ਜਾਂ ਭੇਡਾਂ ਕਹਿ ਲੋ ਉਹ ਜਦੋਂ ਆਪਣੇ ਆਪ ਚੋਂ ਬਾਹਰ ਨਹੀਂ ਨਿਕਲੇ ਉਹਨਾਂ ਦੇ ਨਾਲ ਇਹੋ ਹੀ ਕੁਝ ਹੋਣਾ ਫਿਰ ਆਪਾਂ ਅਗਲੀ ਗੱਲ ਕਰੀਏ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਲੀਡਰਾਂ ਦੀ ਮੁੱਦਿਆਂ ਦੇ ਉੱਤੇ ਸਿਆਸਤ ਘੱਟ ਤੇ ਇੱਕ ਦੂਜੇ ਤੇ ਤੰਗਤਬਾਜ਼ੀ ਵਾਲੀ ਚਿੱਕੜ ਸੁੱਟਣ ਵਾਲੀ ਸਿਆਸਤ ਭਾਰੂ ਰਹੀ ਹੈ ਕਿ ਪਹਿਲੀਆਂ ਚੋਣਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਰਿਹਾ ਜਾਂ ਇਸ ਵਾਰੀ 2024 ਦੀਆਂ ਚੋਣਾਂ 'ਚ ਜ਼ਿਆਦਾ ਦੇਖਣ ਨੂੰ ਮਿਲਿਆ ਨਹੀਂ ਨਹੀਂ ਬੇੜਾ ਕਰਕੇ ਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਕੀਤਨ ਕਦੀ ਨੇ ਪੰਜਾਬ ਦੀ ਨਹੀਂ ਗੱਲ ਕੀਤੀ ਇਹਨਾਂ ਦੇ ਕਿ ਸਾਡੀ ਟੱਬਰ ਦੀ ਗੱਲ ਹੋ ਜਾਏ ਸਾਡੀ ਕੁਰਸੀ ਦੀ ਗੱਲ ਹੋ ਜਾਏ ਸਾਡੀ ਸਿਆਸਤ ਚਮਕਣੀ ਚਾਹੀਦੀ ਆ ਇਹਨਾਂ ਤੇ ਪੰਜਾਬ ਦੇ ਫਿਕਰ ਹੈ ਨਹੀਂ ਆ ਇਹਦੇ ਇਹਨਾਂ ਨੂੰ ਪੰਜਾਬ ਦੇ ਫਿਕਰ ਫਾਕੇ ਹੁੰਦੇ ਤੇ ਪੰਜਾਬ ਅੱਜ ਡੁੱਬਦਾ ਨਾ ਪੰਜਾਬ ਤੇ ਕਰਜ਼ਾ ਨਾ ਜੜਦਾ ਹੁਣੇ ਨਵੀਂ ਸਰਕਾਰ ਨੇ ਆ ਕੇ ਵੀ 75 ਹਜ਼ਾਰ ਕਰੋੜ ਦਾ ਕਰਜ਼ਾ ਲੈ ਹੀ ਲਿਆ ਠੀਕ ਹੈ ਔਰ 1000 ਕਰੋੜ ਦੇ ਨਾਲ ਤਾਂ ਮੈਡੀਕਲ ਕਾਲਜ ਬਣ ਸਕਦੇ ਜਿਹੜੇ ਇਹਨਾਂ ਨੇ 16 ਬਣਾਉਣੇ ਸੀ 2.5 ਸਾਲਾਂ ਦੇ ਵਿੱਚ ਇੱਕ ਵੀ ਕਾਲਜ ਨਹੀਂ ਰੱਖਿਆ ਨਹੀਂ ਪੱਥਰ ਨਹੀਂ ਰੱਖਿਆ ਗਿਆ ਨਾ ਤੇ ਨਾ ਬਣਿਆ ਹੈਗਾ ਹੁਣ ਜਿਹੜੇ ਫालतू ਪੈਸੇ ਸਰਕਾਰ ਉਡਾਰੀਆ ਉਹ ਇੱਕ ਵੱਖਰਾ ਵੀ ਇਸ਼ੂ ਹੈਗਾ ਹੁਣ ਪੰਜਾਬ ਦੇ ਜਿਹੜੇ ਮੁੱਦੇ ਨੇ ਕਿੰਨੇ ਮੁੱਦੇ ਨੇ ਪੰਜਾਬ ਦਾ ਸਾਡਾ ਪਾਣੀ 450 ਫੁੱਟ ਤੇ ਚੱਲ ਗਿਆ ਸਾਡੀ ਧਰਤੀ ਨਸ਼ੇੜੀ ਹੋ ਚੁੱਕੀ ਆ ਸਾਡੀ ਜਵਾਨੀ ਨਸ਼ੇੜੀ ਹੋ ਚੁੱਕੀ ਆ ਸਾਡੀ ਕਿਸਾਨੀ ਖੁਦਕੁਸ਼ੀ ਦੇ ਰਾਹ ਤੇ ਆ ਪਾਣੀ ਅਸੀਂ ਖਰਾਬ ਕਰ ਲਿਆ ਧਰਤੀ ਅਸੀਂ ਖਰਾਬ ਕਰ ਲਈ ਬਾਰਡਰ ਸਾਡਾ ਨਹੀਂ ਖੁੱਲ ਰਿਹਾ ਵਾਤਾਵਰਨ ਸਾਡਾ ਖਰਾਬ ਹੋ ਗਿਆ ਜਵਾਨੀ ਬਾਹਰ ਭੱਜ ਰਹੀ ਆ ਕਿਸਾਨੀ ਤਬਾਹ ਹੋ ਰਹੀ ਆ ਸਾਡੀ ਪਛਾਣ ਹੀ ਖਤਮ ਕੀਤੀ ਜਾ ਰਹੀ ਹੈ ਨਾ ਸਾਡਾ ਦੇ ਜਿਹੜਾ ਜਿਓਗ੍ਰਾਫਿਕਲੀ ਤੌਰ ਤੇ ਸਾਨੂੰ ਤੇ ਖਤਮ ਕੀਤਾ ਜਾ ਰਿਹਾ ਉਹ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਬਾਇਓਲੋਜੀਕਲ ਤੌਰ ਤੇ ਵੀ ਅਗੇ ਕਿ ਇਨੇ ਲੋਕ ਇੱਥੇ ਆ ਕੇ ਵਸੇ ਜਾ ਰਹੇ ਹੈਗੇ ਨੇ 22 ਲੱਖ ਯੂਪੀ ਬਿਹਾਰ ਦੇ ਲੋਕ ਆ 7-8 ਲੱਖ ਮੁਸਲਮਾਨ ਭਰਾ ਆ ਗਿਆ ਇਹ ਮੁੱਦੇ ਉੱਠ ਰਹੇ ਨੇ ਹੁਣ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਸਲਤਨਪੁਰ ਰੋ ਦੀ ਜਾ ਕੇ ਉਥੇ ਹਿੰਦੂ ਭਰਾ ਵੀ ਕਹਿ ਰਹੇ ਕਿ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਗੈਰ ਪੰਜਾਬੀ ਆ ਕੇ ਵਸ ਰਹੇ ਨੇ ਹੁਣ ਇਹ ਸਭ ਤੋਂ ਵੱਡਾ ਸਵਾਲ ਇਹ ਆ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਆ ਗਿਆ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀ ਕਿਸੇ ਨੇ ਨਹੀਂ ਗੱਲ ਕੀਤੀ ਲੁਧਿਆਣੇ ਬਿੱਟੂ ਦੇ ਉਹ ਲੜੀ ਜਾ ਰਹੇ ਨੇ ਰਾਜਾ ਵੜਿੰਗ ਲੜੀ ਜਾ ਰਹੇ ਨੇ ਸੀਐਮ ਸਾਹਿਬ ਸਾਰੇ ਨਾਲ ਲੜੀ ਜਾ ਰਹੇ ਆਗੇ ਨੇ ਉਹ ਕਿਕਲਿੰਗਾ ਸੁਨਾ ਸੁਨਾ ਕੇ ਹੀ ਲੋਕਾਂ ਨੂੰ ਖੁਸ਼ ਕਰੀ ਜਾ ਰਹੇ ਨੇ ਹੁਣ ਉਹ ਨਹੀਂ ਸੁਬੀਰ ਬਾਦਲ ਹੋਣੀ ਇਹਨਾਂ ਨੂੰ ਗੱਪੀ ਕਹੀ ਜਾ ਰਹੇ ਨੇ ਵੀ ਝੂਠ ਹੈ ਇਹ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਕਿਸੇ ਨੂੰ ਗੱਪੀ ਕਹਿਣਾ ਝੂਠਾ ਕਹਿਣਾ ਹੈਗਾ ਤਿਤਲੀ ਕਹਿਣਾ ਕਿਲਾ ਠੱਠ ਟਹਿ ਗਿਆ ਇਹ ਪੰਜਾਬ ਦੇ ਮੁੱਦੇ ਨਹੀਂ ਪੰਜਾਬ ਦੇ ਮੁੱਦਿਆਂ ਤੇ ਇਹਨਾਂ ਨੇ ਕਿਸੇ ਨੇ ਇਹਨਾਂ ਨਾਲ ਗੱਲ ਕੀਤੀ ਪੰਜਾਬ ਦਾ ਰੋਡ ਮੈਪ ਨਹੀਂ ਦੱਸਿਆ ਪੰਜਾਬ ਦਾ ਵਿਜ਼ਨ ਨਹੀਂ ਦੱਸਿਆ ਕਿ ਪੰਜਾਬ ਨੂੰ ਅਸੀਂ ਬਾਹਰ ਕਿਵੇਂ ਕੱਢਣਾ ਇਸ ਦਲਦਲ ਦੇ ਵਿੱਚ ਕਿਸੇ ਨੇ ਨਸ਼ਿਆਂ ਦੀ ਗੱਲ ਕੀਤੀ ਨਹੀਂ ਨਸ਼ਾ ਰੋਜ਼ ਵੇਖ ਰਿਹਾ ਮਾਈਨਿੰਗ ਦੀ ਕਿਸੇ ਨੇ ਗੱਲ ਕੀਤੀ ਕਿਉਂਕਿ ਨਸ਼ਿਆਂ ਦੇ ਮਸਲੇ ਦੇ ਮਾਈਨਿੰਗ ਦੇ ਮਸਲੇ ਚ ਮਾਫੀਆ ਦੇ ਮਸਲੇ ਦੇ ਵਿੱਚ ਜਿਵੇਂ ਕਾਲੀ ਦਲ ਬੀਜੇਪੀ ਔਰ ਕਾਂਗਰਸਬਿਲਟੀ ਗਈ ਉਸੇ ਤਰ੍ਹਾਂ ਇਹ ਵੀ ਪਾਰਟੀ ਉਸੇ ਦਲਦਲ ਦੇ ਵਿੱਚ ਫਸ ਚੁੱਕੀ ਹੈ ਗਿਆ ਕਾਲੀ ਬੀਜੇਪੀ ਦਾ 10 ਸਾਲ ਰਾਜ ਰਿਹਾ ਉਹਨਾਂ ਨੇ ਮੌਜਾ ਮਣੀਆਂ ਹੁਣ ਬੀਜੇਪੀ ਵਾਲੇ ਜਿੰਨੇ ਮਰਜੀ ਚੀਕਾਂ ਮਾਰੀ ਜਾਣ ਪਰ ਤੁਸੀਂ ਵੀ ਸਾਰਿਆਂ ਨੇ ਮਲਾਈਆਂ ਖਾਧੀਆਂ ਚਪੜਾਸੀ ਤੋਂ ਲੈ ਕੇ ਮੰਤਰੀ ਤੱਕ ਚਪੜਾਸੀ ਤੋਂ ਲੈ ਕੇ ਵਾਈਸ ਚੈਂਸਲਰ ਦੇ ਅਹੁਦੇ ਤੁਸੀਂ ਕਾਲੀਆਂ ਕੋਲੋਂ ਧੱਕੇ ਦੇ ਨਾਲ ਲੈਂਦੇ ਰਹੇ ਨੇ ਡਰਾ ਕੇ ਲੈਂਦੇ ਰਹੇ ਧਮਕਾ ਕੇ ਰਹਿੰਦੇ ਰਹਿੰਦੇ ਰਹੇ ਤੇ ਹੁਣ ਕਹਿੰਦੇ ਕਿ ਕਾਲੀ ਦਲ ਵੇਲੇ ਨਸ਼ਾ ਵਿਗਦਾ ਬ ਤੁਸੀਂ ਵੀ ਤਾਂ ਭਾਈਵਾਲ ਸੀ ਜਿਵੇਂ ਹਰਜੀਤ ਸਿੰਘ ਗਰੇਵਾਲ ਕਹਿ ਰਹੇ ਦਿਨ ਬਟਿੰਡੇ ਕਿ ਅਹੀਂ ਜਿਨ੍ਹਾਂ ਨੇ ਬੇਦਬੀ ਕੀਤੀ ਆ ਉਹਨਾਂ ਨੂੰ ਅਸੀਂ ਕੀ ਨਾ ਸਜ਼ਾ ਦੇਵਾਂਗੇ ਤੇ ਜਿਨ੍ਹਾਂ ਨੇ ਬੇਦਬੀ ਕੀਤੀ ਜਿਨ੍ਹਾਂ ਦੇ ਤਾਰਾਂ ਜੁੜੀਆਂ ਗਿਆ ਉਹਨਾਂ ਨੂੰ ਭਾਜਪਾ ਦੀ ਸਰਕਾਰ ਰੋਜ਼ ਪਰੋਲ ਦੇ ਦਿੰਦੀ ਹੈਗੀ ਆ ਇਹ ਸਾਰੇ ਝੂਠੇ ਨੇ ਫਰਜੀ ਲੋਕ ਨੇ ਲੋਕਾਂ ਨੂੰ ਹਜੇ ਵੀ ਬੇਵਕੂਫ ਸਮਝ ਰਿਆ ਗਏ ਨੇ ਇਸ ਕਰਕੇ ਕਿਸੇ ਵੀ ਲੀਡਰ ਨੇ ਪੰਜਾਬ ਦੀ ਨਹੀਂ ਗੱਲ ਕੀਤੀ ਪੰਜਾਬ ਦੀ ਜਵਾਨੀ ਦੀ ਕਿਸੇ ਨੇ ਕੀਤੀ ਹੈਗੀ ਔਰ ਇਹ ਜਿਹੜਾ ਵਿਜ਼ਨ ਦੇਣਾ ਚਾਹੀਦਾ ਕਿਉਂਕਿ ਚਲੋ ਅਸੀਂ ਭਾਵੇਂ ਸੈਂਟਰ ਸਰਕਾਰ ਚੁਣ ਰਹੇ ਹੈਗੇ ਨੇ ਪਰ ਸਵਾਲ ਹੈ ਕਿ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈਗੀ ਉਥੇ ਜੀ ਹਰ ਸਿਮਰਤ ਹਾਰ ਜੂਗੀ ਉਥੇ ਜੀ ਆਮ ਆਦੀ ਪਾਰਟੀ ਦੀ ਕੋਈ ਟਿਕ ਨਹੀਂ ਆਣੀ ਹੈਗੀ ਇਹ ਬਾਜੇ ਵੱਜ ਗਏ ਹਨ ਇਹ ਗੱਲਾਂ ਮੈਨੂੰ ਲੱਗਦੀਆਂ ਕਿ ਪੰਜਾਬ ਦੇ ਭਲੇ ਦੇ ਵਿੱਚ ਨਹੀਂ ਆ ਨਸ਼ਾ ਰੋਜ਼ ਹੀ ਨਸ਼ੇ ਦੇ ਨਾਲ ਮੁੰਡੇ ਮਾਰੇ ਨੇ ਚੋਣ ਜਾਬਤਾ ਲੱਗਿਆ ਹੈ ਮਾਈਨਿੰਗ ਹੋ ਰਹੀ ਹੈ ਸਰਕਾਰ ਚੁੱਪਾ ਹੁਣ ਕਿਉਂ ਨਹੀਂ ਨਸ਼ੇ ਦੀ ਗੱਲ ਹੋ ਰਹੀ ਹੁਣ ਮਾਈਨਿੰਗ ਦੀ ਗੱਲ ਹੁਣ ਬੇਦਬੀ ਦੀ ਗੱਲ ਕਿਉਂ ਨਹੀਂ ਹੋ ਰਹੀ ਕਾਨੂੰਨ ਵਿਵਸਥਾ ਦੀ ਕਿਉਂ ਨਹੀਂ ਗੱਲ ਹੋ ਰਹੀ ਨਾ ਇਹ ਸਾਰੀਆਂ ਗੱਲਾਂ ਹੋ ਰਹੀਆਂ ਪਰ ਲੋਕਾਂ ਦਾ ਇੰਟਰਸਟ ਨਹੀਂ ਹੈ ਲੋਕ ਸੁਬੀਰ ਬਾਦਲ ਦੀਆਂ ਗੱਲਾਂ ਸੁਣ ਕੇ ਸ਼ੌਜਾਰ ਨੇ ਵਿਕਰਮ ਸਿੰਘ ਮਜੀਠੀਆ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਨੇ ਰਾਜਾ ਮਰਿੰਦਰ ਅਵੜੇਂਗਾ ਪ੍ਰਤਾਪ ਸਿੰਘ ਬਾਜਵਾਰ ਅਮਨੀਤ ਸਿੰਘ ਬਿੱਟੂ ਭਗਵੰਤ ਮਾਨ ਸਾਹਿਬ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਹੱਸੇ ਜਾ ਰਹੇ ਮੈਨੂੰ ਤਾਂ ਪੰਜਾਬੀਆਂ ਦੇ ਆਉਂਦਾ ਕਿ ਤੁਸੀਂ ਯਾਰ ਇੰਨੇ ਕੰਨ ਰੱਸੀਓ ਫਿਰ ਕੋਈ ਲੋਕੀ ਜਿਹੜੇ ਤੁਹਾਡੇ ਕਿਉਂਦੇ ਕਿਸੇ ਵੀ ਵੋਟਰ ਨੇ ਪੰਜਾਬ ਦੇ ਕਿਸੇ ਵੀ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਤੇ ਉਹੀ ਸਿਆਸੀ ਪਾਰਟੀਆਂ ਵਾਂਗੂ ਉਹਨਾਂ ਦੇ ਵੀ ਵੰਸਮ ਨੇ ਰੂਪ ਹੋ ਗਏ ਨੇ ਉਹ ਵੀ ਹੁਣ ਦਲ ਬਦਲੂ ਜੇ ਹੋ ਗਏ ਨੇ ਵੀ ਅਸੀਂ ਅੱਜ ਸਾਡੀ ਸੈਟਿੰਗ ਕਿਹਦੇ ਨਾਲ ਉਹਨਾਂ ਦੀਆਂ ਵੀ ਸੈਟਿੰਗਾਂ ਹੁਣ ਲਾਪੀਆਂ ਨੇ ਅਸੀਂ ਕਿਹਦੇ ਕਹਿਣ ਤੇ ਕੀ ਕੁਝ ਕਰਨਾ ਉਹ ਵੀ ਡਿਸਾਈਡ ਹੋ ਗਿਆ ਪਰ ਘੱਟੋ ਘੱਟ ਜਿਹੜਾ ਵੀ ਲੀਡਰ ਆਉਂਦਾ ਉਹਨੂੰ ਦੱਸ ਦੇ ਕਿ ਆਪਣਾ ਅਜੰਡਾ ਦੱਸ ਤੁਹਾਡਾ ਕੀ ਤੁਸੀਂ ਪੰਜਾਬ ਵਾਸਤੇ ਕੀ ਕਰੋਗੇ ਉਹ ਕਿਸੇ ਨੇ ਪੁੱਛਿਆ ਨਹੀਂ ਹੈਗਾ ਤੇ ਕਿਸੇ ਵੀ ਲੀਡਰ ਨਾ ਆਪਾਂ ਮੰਨ ਕੇ ਚੱਲੋ ਕਿ ਚਾਰ ਪਾਰਟੀਆਂ ਦੇ ਮੋٹے ਰੂਪ ਚ 52 ਜਾਣੇ ਹੋਗੇ ਨਾ 52 ਜਿਹੜੇ ਕੈਂਡੀਡੇਟ ਨੇ ਕਿਸੇ ਵੀ ਕੈਂਡੀਡੇਟ ਨੂੰ ਤੁਸੀਂ ਪੁੱਛ ਲੋ ਕਿ ਤੁਹਾਡੀ ਪਾਰਟੀ ਦਾ ਕਿਹੜਾ ਕਿਹੜਾ ਏਜੰਡਾ ਹੈਗਾ ਜਿਹੜਾ ਚੋਣ ਘੋਸ਼ਣਾ ਪੱਤਰ ਸਾਨੂੰ ਮੂੰਹ ਜਬਾਨੀ ਸੁਣਾ ਦੇ ਸਾਨੂੰ ਪਹਿਲਾ ਪੰਨਾ ਸੁਣਾ ਦੇ ਕਿਉਂਕਿ ਕੱਢਣੀਆਂ ਗਾਲਾਂ ਵਾ ਲਾਲਜੀਤ ਭੁੱਲਰ ਹੋਣੀ ਭਾਈਚਾਰੇ ਬਾਰੇ ਖਿਲਾਫ ਬੋਲੀ ਜਾ ਰਹੇ ਨੇ ਹੁਣ ਉਹ ਵਕੀਲਾਂ ਬਾਰੇ ਬੋਲੀ ਜਾ ਰਹੇ ਨੇ ਕਿਸੇ ਨੇ ਵੀ ਪੰਜਾਬ ਦਾ ਕਿਸੇ ਨੂੰ ਨਹੀਂ ਪਤਾ ਹੈਗਾ ਆਮ ਆਦੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਪੁੱਛ ਲਓ ਵੀ ਪੰਜ ਗਰੰਟੀਆਂ ਦਾ ਦੋ ਕੀ ਆ ਜਾਂ ਕਾਂਗਰਸ ਦੇ ਲੀਡਰ ਪੁੱਛ ਲਓ ਵੀ ਤੁਹਾਡਾ ਜਿਹੜਾ ਨ્યાય ਸੰਕਲਪ ਜਿਹੜਾ ਪ੍ਰੋਗਰਾਮ ਉਹਦੇ ਪੰਜਾਬ ਬਾਰੇ ਕੀ ਕੁਝ ਲਿਖਿਆ ਸਾਨੂੰ ਦੱਸ ਦੇਣਾ ਮੋਟੀ ਜੀ ਗੱਲ ਕਹੀ ਜਾਂਦੇ ਕਿ ਬੀਜੇਪੀ ਤੋਂ ਖਤਰਾ ਵਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਉਹ ਕਹੀ ਜਾਂਦੇ ਬੀਜੇਪੀ ਵਾਲੇ ਕਹੀ ਜਾ ਰਹੇ ਨੇ ਕਿ ਇੰਡੀਆ ਘੱਟ ਜੋੜ ਲਟੇਰੀਆਂ ਦਾ ਆਮ ਆਦੀ ਪਾਰਟੀ ਕਹੀ ਜਾਂਦੀ ਕਿ ਕਾਂਗਰਸ ਬੜੀ ਮਾੜੀ ਹੈਗੀ ਤੇ ਫਿਰ ਪੰਜਾਬ ਦੇ ਵਿੱਚ ਮਾੜੀ ਆ ਹਰਿਆਣੇ ਦੇ ਵਿੱਚ ਚੰਗੀ ਆ ਯੂਪੀ ਦੇ ਯੂਟੀ ਦੇ ਵਿੱਚ ਚੰਗੀ ਆ ਦਿੱਲੀ ਦੇ ਵਿੱਚ ਚੰਗੀ ਆ ਮਤਲਬ ਪੰਜਾਬ ਦੇ ਲੋਕਾਂ ਦੀ ਤੇ ਪੰਜਾਬ ਦੇ ਲੀਡਰਾਂ ਦੀ ਮੈਨੂੰ ਸਮਝਣ ਲੱਗੀ ਹੈਗੀ ਕਿ ਇਹ 75 ਦਿਨਾਂ ਦਾ ਪਹਿਲੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਹੋਇਆ ਕਿ ਐਡਾ ਲੰਮਾ ਚੋਣ ਪ੍ਰਚਾਰ ਆ ਬੀਜੇਪੀ ਨੇ ਆਪਣੇ ਹਿਸਾਬ ਨਾਲ ਚੋਣ ਪ੍ਰਚਾਰ ਕੀਤਾਗਾ ਡਿਸਾਈਡ ਕੀਤਾਗਾ ਇਲੈਕਸ਼ਨ ਕਮਿਸ਼ਨ ਨੇ ਉਦਾਂ ਹੀ ਮੰਨਿਆ 75 ਦਿਨਾਂ ਦਾ ਕਦੀ ਚੋਣ ਜਾਬਤਾ ਨਹੀਂ ਲੱਗਦਾ 45 46 ਦਿਨ ਦਾ ਹੁੰਦਾ ਇਹਨਾਂ ਦੇ ਲਗਭਗ ਢਾਈਆਂ ਮਹੀਨਿਆਂ ਦਾ ਲਾਅ ਛੱਡਿਆ ਗਿਆ ਤੇ ਢਾਈਆਂ ਮਹੀਨਿਆਂ ਦੇ ਵਿੱਚ ਨਾ ਦੇਸ਼ ਦੀ ਗੱਲ ਹੋਈ ਨਾ ਪੰਜਾਬ ਦੀ ਗੱਲ ਹੋਈ ਇਥੇ ਤੱਕ ਰਹੀ ਗੱਲ ਕਿ ਲਗਭਗ 13 ਸੀਟਾਂ ਦੇ ਉੱਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਿਹਾ ਕਿ ਮੁੱਦਿਆਂ ਦੀ ਗੱਲ ਨਹੀਂ ਹੋਈ ਪਰ ਇਨ੍ਹਾਂ ਮੁੱਦਿਆਂ ਤੇ ਗੱਲ ਨਾ ਕਰਨ ਦੇ ਕਰਕੇ ਹੀ ਖਲੂਰ ਸਾਹਿਬ ਆਜ਼ਾਦ ਉਮੀਦਵਾਰ ਨੇ 88 ਸਮੀਕਰਨ ਬਦਲ ਤੇ ਨਾਲ ਹੀ ਫਰੀਦਕੋਟ ਚ ਬਦਲੇ ਗਏ ਉੱਥੇ ਉਹਨਾਂ ਨੇ ਉਹਨਾਂ ਆਜ਼ਾਦ ਮੀਦਵਾਰਾਂ ਦੇ ਦੋ ਏਜੰਡੇ ਮੁੱਖ ਹੈ ਇੱਕ ਤਾਂ ਪੰਥ ਨੂੰ ਲੈ ਕੇ ਇੱਕ ਬੰਦੀ ਸਿੰਘਾਂ ਨੂੰ ਲੈ ਕੇ ਅਸੀਂ ਕੰਮ ਕਰਨਾ ਜਿਹੜਾ ਬਾਕੀ ਨਹੀਂ ਕਰਵਾ ਸਕੇ ਇੱਕ ਜਿਹੜਾ ਨਸ਼ੇ ਦਾ ਮੁੱਦਾ ਹੁਣ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਇਸ ਕਰਕੇ ਲੋਕ ਨਹੀਂ ਤੁਰੇ ਕਿਉਂਕਿ ਬਹੁਤ ਵੱਡਾ ਸੂਝਵਾਨ ਹੈ ਤੇ ਐਮਪੀ ਬਣ ਕੇ ਸਾਰੀ ਸਾਰੇ ਮਾਹੌਲ ਨਹੀਂ ਬਦਲ ਦੇਗਾ ਜਾਂ ਪੰਜਾਬ ਉਸ ਦੇ ਵਿਜ਼ਨ ਨਾਲ ਚੱਲੇਗਾ ਇਸ ਤਰ੍ਹਾਂ ਨਹੀਂ ਹੈ ਉੱਥੇ ਨਸ਼ੇ ਦੇ ਕਰਕੇ ਬੀਬੀਆਂ ਤੇ ਨੌਜਵਾਨ ਮੈਦਾਨ ਚਾਏ ਆ ਸੜਕਾਂ ਤੇ ਆਏ ਆ ਉਹਨਾਂ ਨੇ ਵੀ ਇਸੇ ਕਰਕੇ ਉਹਨਾਂ ਨੂੰ ਸਪੇਸ ਮਿਲ ਗਈ ਜਿਹਦੇ ਕਰਕੇ ਝੰਡੀ ਹੁਣ ਉਹਨਾਂ ਦੀ ਅੱਜਕਲ੍ਹ ਨੇ ਬਿਲਕੁਲ ਲੋਕਾਂ ਨੇ ਇਸੇ ਕਰਕੇ ਤੇ ਨਸ਼ਿਆਂ ਤੋਂ ਦੁਖੀ ਹੋ ਕੇ ਨਸ਼ਾ ਬਹੁਤ ਵੱਡੀ ਪੰਜਾਬ ਦੀ ਪ੍ਰੋਬਲਮ ਹੈ ਉਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੀ ਨਸ਼ਿਆਂ ਨੂੰ ਸੁਲਝਾ ਨਹੀਂ ਪਈ ਹੁਣ ਆਪਾਂ ਕਿੰਨੀ ਕੀ ਚਿਰ ਕਵਾਂਗੇ ਕਿ ਪਿਛਲਿਆਂ ਨੇ ਕੰਡੇ ਬੀਜੇ ਨੇ ਉਹ ਇੱਕ ਫਰਜ਼ ਝੂਠੀ ਗੱਲ ਹੋ ਸਕਦੀ 2.5 ਸਾਲ ਬਹੁਤ ਹੁੰਦੇ ਨੇ ਤੁਹਾਡੇ ਕੋ ਕੀ ਕੋਈ ਇੱਕ ਹਲਕਾ ਨਹੀਂ ਤੁਹਾਡੇ ਕੋਈ 92 ਐਮਐਲਏ ਕੋਈ ਹਿੱਕ ਤੇ ਥਾਪੀ ਮਾਰ ਕੇ ਕਹਿ ਸਕਦਾ ਕਿ ਮੇਰੇ ਪਿੰਡਾਂ ਦੇ ਵਿੱਚ ਨਸ਼ਾ ਨਹੀਂ ਵਿਕਦਾਗਾ ਮੇਕ ਰਿਆ ਨਸ਼ਾ ਇਸ ਕਰਕੇ ਲੋਕਾਂ ਖਾਸ ਕਰਕੇ ਇਹ ਨਹੀਂ ਕਿ ਸਿਰਫ ਖਡੂਰ ਸਾਹਿਬ ਦੇ ਲੋਕ ਹੀ ਪੀੜਤ ਨੇ ਉਹ ਸੰਗਰੂਰ ਦੇ ਲੋਕ ਵੀ ਪੀੜਤ ਨੇ ਨਸ਼ਿਆਂ ਤੋਂ ਉਹ ਪਿੱਛੇ ਸ਼ਰਾਬ ਨਾਲ ਕਿੰਨੇ ਲੋਕ ਮਰੇ ਨੇ ਉਹਦੇ ਚ ਹਰਪਾਲ ਸਿੰਘ ਚੀਮਾ ਸਾਹਿਬ ਇੱਕ ਸਾਈਜ਼ ਮਿਨਿਸਟਰੀ ਉਹਨਾਂ ਦੇ ਏਰੀਆ ਦੇ ਵਿੱਚ ਹੀ ਆਮਣ ਰੋੜੇ ਦੇ ਏਰੀਆ ਦੇ ਵਿੱਚ ਅਮੀਦ ਹੀਰ ਦਾ ਇਹ ਸੰਗਰੂਪ ਬਰਨਾਲਾ ਵੀ ਤੇ ਸੰਗਰੂਰ ਦਾ ਪਾਰਟ ਹੀ ਹੈ ਇਸ ਏਰੀਆ ਦੇ ਵਿੱਚ ਕਿੰਨੇ ਲੋਕ ਮਰ ਗਏ ਨਸ਼ਾ ਪੰਜਾਬ ਦੀ ਪ੍ਰੋਬਲਮ ਹੈ ਪਰ ਉਹਨਾਂ ਨੇ ਲੋਕੀ ਉਹ ਜ਼ਿਆਦਾ ਵੀ ਅਸੀਂ ਦੁਖੀ ਆ ਗਏ ਨੇ ਬਾਕੀ ਲੋਕਾਂ ਨੇ ਲੱਗਿਆ ਕਿ ਚਲੋ ਆਟਾ ਫ੍ਰੀ ਮਿਲ ਰਿਹਾ ਹੈਗਾ ਬਿਜਲੀ ਫ੍ਰੀ ਮਿਲ ਰਹੀ ਹੈ ਬਸਾਂ ਚ ਪ੍ਰੀਆ ਲੋਕ ਾਕੀ ਇਹਦਾ ਮਤਲਬ ਇਹ ਲਾਲਚਾਂ ਨੂੰ ਬੈਠਿਆ ਹੈ ਕਿ ਨੇ ਉਹਨਾਂ ਨੂੰ ਲੱਗਦਾ ਸਾਡੀ ਜਵਾਨੀ ਹੈ ਜਾਂ ਸਾਡੀ ਜਵਾਨੀ ਬਚੂਗੀ ਸਾਡੇ ਮੁੰਡੇ ਬਚਣਗੇ ਤਾਂ ਹੀ ਘਰ ਵਸਣਗੇ ਤੇ ਫਿਰ ਮੁੰਡਿਆਂ ਤੋਂ ਬਗੈਰ ਘਰ ਕਿਵੇਂ ਵਸ ਸਕਦੇ ਆਗੇ ਨਾ ਅੱਜਕੱਲ੍ਹ ਪੰਜਾਬ ਦੀਆਂ ਕੁੜੀਆਂ ਵੀ ਨਸ਼ਾ ਕਰ ਲੈ ਪਿੰਡ ਉਹਨਾਂ ਵਾਸਤੇ ਵੀ ਡਰੱਗ ਇਡਿਕਸਨ ਸੈਂਟਰ ਬਣ ਚੁੱਕੇ ਨੇ ਇਹ ਤਰਾਸ ਦੀ ਆ ਉਹਨਾਂ ਨੂੰ ਲੱਗਦਾ ਕਿਉਂਕਿ ਅਮਰਤਪਾਲ ਹੋਣੀ ਪੰਜਾਬ ਦਾ ਵਿਜ਼ਨ ਨਹੀਂ ਸੀ ਲੇਕਿਨ ਉਹਨਾਂ ਲੋਕਾਂ ਦਾ ਵਿਸ਼ਵਾਸ ਵੱਧ ਗਿਆ ਇਸੇ ਕਰਕੇ ਆਮ ਆਦੀ ਪਾਰਟੀ ਨੇ ਵੀ ਲੋਕਾਂ ਨੇ 92 ਐਮਐਲਏ ਦਿੱਤੇ ਸੀ ਨਾ ਚਾਹੇ ਉਹਨਾਂ ਚ ਬਹੁਤੇ ਨਖੱਟੂ ਨਿਕਲੇ ਕਈ ਚੰਗੇ ਵੀ ਹੈਗੇ ਨੇ ਤੇ ਉਸੇ ਤਰ੍ਹਾਂ ਅਮਰਤਪਾਲ ਤੇ ਵੀ ਲੋਕਾਂ ਨੂੰ ਆਸ ਬਣ ਗਈ ਕਿਉਂਕਿ ਉਹਨੇ ਸ਼ੁਰੂਆਤ ਕਿਧੋਂ ਕੀਤੀ ਸੀ ਕਿ ਗੁਰੂ ਦੇ ਲੜ ਲੱਗੋ ਜਦੋਂ ਬੰਦਾ ਗੁਰੂ ਦੇ ਲੜ ਲੱਗਦਾ ਹੈਗਾ ਨਾ ਉਹ ਫਿਰ ਇਨ੍ਹਾਂ ਤੋਂ ਦੂਰ ਰਹਿ ਜਾਂਦਾ ਹੈਗਾ ਬੱਜਰ ਗਨਾਹਾਂ ਤੋਂ ਦੂਰ ਰਹਿ ਜਾਂਦਾ ਹੈਗਾ ਕੋ ਕਰਮਾਂ ਤੋਂ ਦੂਰ ਰਹਿੰਦਾ ਕਿਉਂਕਿ ਗੁਰੂ ਦਾ ਜਾਪਤਾ ਜਾਂਦਾ ਤੇ ਗੁਰੂ ਨੂੰ ਜਵਾਬਦੇਹ ਹੁੰਦੇ ਹੋ ਤੁਸੀਂ ਜਦੋਂ ਤੁਸੀਂ ਅਮਰਤ ਸ਼ੱਕ ਲੈਂਦੇ ਹੋ ਨਸ਼ੇ ਤੋਂ ਦੂਰ ਹੋ ਜਾਂਦੇ ਤੇ ਉਹਨੇ ਦੋਨੇ ਚੀਜ਼ਾਂ ਕਿ ਨਸ਼ੇ ਤੋਂ ਵੀ ਦੂਰ ਹੋ ਗੁਰੂ ਦੇ ਲੜ ਲੱਗ ਜੋ ਔਰ ਬੀਬੀਆਂ ਨੇ ਇਸੇ ਕਰਕੇ ਲੱਗਾ ਕਿ ਹਾਂ ਇਹ ਸਾਡੀ ਜਵਾਨੀ ਬਚਾ ਸਕਦਾ ਸਾਡੀਆਂ ਕੁੱਖਾਂ ਬਚਾ ਸਕਦਾ ਹਾਲਾਂਕਿ ਚਲੋ ਜਿੱਤ ਹਾਰ ਦੂਰ ਦੀ ਗੱਲੋ ਜਿੱਤ ਦਾ ਕਿ ਹਾਰ ਦਾ ਚਾਰ ਤਰੀਕ ਨੂੰ ਪਤਾ ਲੱਗ ਜੇ ਲੇਕਿਨ ਇੱਕ ਜਿਵੇਂ ਹੋਪ ਸੀ ਨਾ ਆਮ ਆਦਮੀ ਪਾਰਟੀ ਦੇ ਉਮੇ ਖਡੂਰ ਸਾਹਿਬ ਦੇ ਲੋਕਾਂ ਨੂੰ ਹੋਪ ਆ ਕਿ ਮੁੰਡਾ ਕੰਮ ਕਰ ਸਕਦਾ 31 ਸਾਲ ਇਹਦੇ ਚ ਜਜਬਾ ਜੋਸ਼ ਹੈਗਾ ਜਜਬਾ ਵੀ ਹਾਲਾਂਕਿ ਸ਼ੁਰੂਆਤੀ ਤੌਰ ਤੇ ਉਹਨੇ ਆਪਣੇ ਜਜਬਾਤਾਂ ਤੇ ਕੰਟਰੋਲ ਨਹੀਂ ਕੀਤਾਗਾ ਅਗਰ ਜਜਬਾਤਾਂ ਤੇ ਕੰਟਰੋਲ ਕਰਦਾ ਸ਼ਾਇਦ ਉਹ ਅੱਜ 13 ਬੰਦੇ ਖੜਾਉਣ ਯੋਗ ਹੋ ਜਾਂਦਾ ਪਹਿਲਾਂ ਤੇ ਚਲੋ ਸਵਿਧਾਨ ਨੂੰ ਮੰਨਦਾ ਹੁ ਨਾਨ ਨੂੰ ਵੀ ਮੰਨ ਲੈਣਾ ਨਵੀਂ ਨਵੀਂ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਆਉਂਦੇ ਤੁਹਾਨੂੰ ਜੋ ਠੋਠੇ ਛੇਡੇ ਲੱਗਦੇ ਨਾ ਤੇ ਤੁਸੀਂ ਠੋਕਰਾਂ ਖਾਂਦੇ ਹੋ ਬੜਾ ਕੁਝ ਸਿੱਖ ਲੈਂਦੇ ਸ਼ਾਇਦ ਅਮਰਤਪਾਲ ਸਿੰਘ ਉਹਨਾਂ ਨੇ ਵੀ ਠੋਕਰਾਂ ਖਾਧੀਆਂ ਨੇ ਬਹੁਤ ਕੁਝ ਸਿੱਖ ਲਿਆਊਗਾ ਹੁਣ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਬੀਬੀਆਂ ਨੂੰ ਇੱਕ ਤੇ ਲੱਗਾ ਉਸ ਇਲਾਕੇ ਦੀਆਂ ਬੀਬੀਆਂ ਇੱਕ ਨਸ਼ੇ ਦੀ ਪ੍ਰੋਬਲਮ ਪੰਜਾਬ ਦੇ ਨਸ਼ੇ ਦੀ ਪ੍ਰੋਬਲਮ ਆ ਬਾਕੀ ਵੀ ਬੀਬੀਆਂ ਜਾਂ ਕਿਸੇ ਗਵਾਂਡੀ ਦਾ ਵੀ ਦੁਸ਼ਮਣ ਦਾ ਵੀ ਪੁੱਤ ਮਰ ਜੇ ਨਾ ਨਸ਼ੇ ਦੇ ਨਾਲ ਤੇ ਜਿਹੜੀ ਜਨਾਨੀ ਦੂਰ ਬੈਠੀ ਉਹਦਾ ਵੀ ਕਲੇਜਾ ਫੱਟ ਜਾਂਦਾ ਹੈਗਾ ਇਹ ਪੰਜਾਬ ਦੀਆਂ ਔਰਤਾਂ ਦੀ ਕਹਾਣੀ ਆ ਪਰ ਕੋਈ ਗੱਲ ਨਹੀਂ ਕਰੇਗਾ ਇਸ ਕਰਕੇ ਅਮਰਤਪਾਲ ਤੇ ਕਿਤੇ ਹੋਗਾ ਇੱਕ ਲੋਕਾਂ ਨੂੰ ਲੱਗਾ ਕਿ ਅਮਰਤ ਪਾਲ ਦੇ ਨਾਲ ਧੱਕਾ ਹੋਇਆ ਸੈਂਟਰ ਸਰਕਾਰ ਨੇ ਵੀ ਕੀਤਾ ਸੂਬਾ ਸਰਕਾਰ ਨੇ ਵੀ ਧੱਕਾ ਕੀਤਾ ਐਨਐਸਐਲ ਆ ਗਿਆ 1 ਸਾਲ ਦਾ ਬਹੁਤ ਹੁੰਦਾ ਐਨਐਸਐ ਹੁਣ ਉਹਤੇ 2 ਸਾਲ ਦਾ ਕਰਤਾ ਸੀ ਲੋਕਾਂ ਨੇ ਕਿ ਜੁਲਮ ਤੇ ਪੰਜਾਬ ਦੇ ਲੋਕਾਂ ਨਾਲ ਜ਼ੁਲਮ ਕਰਦੇ ਨਾਲ ਜ਼ੁਲਮ ਸੰਦੇ ਇਸ ਕਰਕੇ ਉੱਥੇ ਆਵਾਜ਼ ਬਣ ਗਈ ਬੰਦੀ ਸਿੰਘਾਂ ਦਾ ਬਹੁਤ ਵੱਡਾ ਮਸਲਾ ਕਿ ਇੱਥੇ ਜਿਹੜੇ 19 19 ਸਾਲ ਪੁਰਾਣੇ ਕੇਸਾਂ ਚ ਉਹ ਬਲਾਤਕਾਰੀ ਤੇ ਕਾਤਲ ਬੜੀ ਹੋ ਰਹੇ ਨੇ ਹਾਂ ਉਹਨੂੰ ਸਜ਼ਾ ਦਿੱਤੀ 20 ਸਾਲ ਦੀ ਉਹ ਪਰੋਲੀ ਕੱਟੀ ਜਾ ਰਿਹਾ ਹੈਗਾ ਤੇ ਜਿਹੜੇ ਬੰਦੀ ਸਿੰਘਾਂ ਨੂੰ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਉਹਨਾਂ ਦੇ ਵਿੱਚ ਤੇ ਇਹਨਾਂ 'ਚ ਕੋਈ ਫਰਕ ਕੀ ਹੈਗਾ ਨਾ ਕਾਨੂੰਨ ਦੇ ਹਿਸਾਬ ਨਾਲ ਇੱਕੋ ਜਿਹਾ ਪਰ ਉਹ ਹੀ ਇੱਕ ਸਵਾਲ ਹੈ ਕਿ ਉਹਦੇ ਪਿੱਛੇ ਵੋਟਾਂ ਨੇ ਇੱਥੇ ਇਕੱਲੇ ਇਕੱਲੇ ਨੇ ਇਸ ਕਰਕੇ ਉਹ ਸਰਬਜੀਤ ਖਾਲਸਾ ਉਹਨਾਂ ਦੀ ਵੀ ਗੱਲ ਹੈ ਕਿ ਉਹ ਲੋਕ ਇਹ ਕਹਿੰਦੇ ਅਗਰ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲਾਂ ਕਰਦੇ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੰਦੀ ਸਿੰਘਾਂ ਦੀ ਗੱਲ ਹੋਊਗੀ ਤੇ ਆਵਾਜ਼ ਉੱਠੂਗੀ ਕਾਲੀ ਦਲ ਨੇ ਉਸ ਲੈਵਲ ਤੇ ਨਹੀਂ ਕੀਤੀ ਆਗੀ ਜਦੋਂ ਇਹਨਾਂ ਦੀ ਸਰਕਾਰ ਸੀ ਜਦੋਂ ਆਡੋਏ ਉਦੋਂ ਤੇ ਸਿਮਰਤ ਕੌਰ ਬਾਦਲ ਨੇ ਗੱਲਾਂ ਕੀਤੀਆਂ ਨੇ ਪਰ ਸਵਾਲ ਦੱਸਾਂ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋ ਜਾਂਦੇ ਹੋ ਫਿਰ ਤੁਹਾਨੂੰ ਗੱਲਾਂ ਚੇਤੇ ਆਉਂਦੀਆਂ ਵਿਦਨ ਗਵਰਨਮੈਂਟ ਤੁਹਾਡੀ ਭਾਈ ਵਾਲੀ ਸਰਕਾਰ ਸੀ ਤਾਂ ਨਹੀਂ ਉਹਨਾਂ ਨੂੰ ਨੱਕ ਜਿਦਮਕ ਰੱਖਣਾ ਚਾਹੀਦਾ ਸੀ ਪਾ ਕੇ ਬੀਜੇਪੀ ਵਾਲੇ ਰੋਜ਼ ਸਵਾਲ ਕਰਦੇ ਰੋਜ਼ ਪੁੱਛਦੇ ਰੋਜ਼ ਰੌਲਾ ਪੰਦੇ ਦਿੱਲੀ ਦੇ মিডিਆ ਬੈਠਾ ਹੈਗਾ ਉਹ ਗੱਲਾਂ ਹੁੰਦੀਆਂ ਤੇ ਆਖਿਰ ਦੱਸਿਆ ਜਾਂਦਾ ਹੈਗਾ ਪਰ ਉਹ ਨਹੀਂ ਇਸੇ ਕਰਕੇ ਚਾਹੇ ਅੰਮ੍ਰਿਤਪਾਲ ਸਿੰਘਾ ਚਾਹੇ ਸਰਬਜੀਤ ਸਿੰਘ ਖਾਲਸਾ ਨੇ ਉਹ ਚੁਆਇਸ ਬਣ ਚੁੱਕੇ ਲੋਕਾਂ ਦੇ ਕਿਉਂਕਿ ਪੰਜਾਬ ਜਿਵੇਂ ਕਹਿੰਦਾ ਇੱਕ ਸਟੇਟ ਇੱਕ ਸੋਚ ਆ ਉਸ ਸੋਚ ਨੂੰ ਨਾ ਕਾਂਗਰਸੀ ਸਮਝ ਸਕੇ ਨੇ ਨਾ ਬੀਜੇਪੀ ਵਾਲੇ ਸਮਝ ਸਕੇ ਨਾ ਝਾੜੂ ਵਾਲੇ ਵਾਲੇ ਸਮਝ ਸਕੇ ਨੇ ਹੁਣ ਕਾਲੀ ਦਲ ਸਮਝ ਸਕਿਆ ਸੀ ਬਦਕ ਕਮੇਟੀ ਨਾਲ ਉਹਨਾਂ ਨੇ ਜਦੋਂ ਉਹਨਾਂ ਦੀ ਐਲਾਈਂਸ ਸੀ ਸੈਂਟਰ ਦੇ ਵਿੱਚ ਉਹ ਗੱਲ ਨਹੀਂ ਕਰ ਸਕੇ ਔਰ ਕਹਿੰਦੇ ਨਾ ਸਿਆਣੇ ਜਦੋਂ ਇੱਕ ਵਾਰਾ ਵੇਲਾ ਹੱਥੋਂ ਖੁੰਝ ਜੇ ਨਾ ਫਿਰ ਵਾਰ-ਵਾਰ ਨਹੀਂ ਹੁੰਦਾਗਾ ਉਹ ਇਕਾਲੀਆਂ ਦੇ ਹੱਥੋਂ ਵੇਲਾ ਨਿਕਲ ਚੁੱਕਾ ਹੈਗਾ ਪਰ ਹੁਣ ਦੇਖਦੇ ਆ ਕਿ ਨਸ਼ਿਆਂ ਦੇ ਮਸਲੇ 'ਚ ਜਿਹੜੀ ਆਵਾਜ਼ ਹੈ ਕਿਉਂਕਿ ਅੱਜ ਦਾ ਦਿਨ ਲੋਕਾਂ ਨੇ ਡੋਰ ਟੂ ਡੋਰ ਪ੍ਰਚਾਰ ਕਰਨਾ ਕੱਲ ਦਾ ਦਿਨ ਆ ਪਰਸੋ ਦਾ ਦਿਨ ਆ ਤੇ ਇਸ ਕਰਕੇ ਇਹ ਜਿਹੜਾ ਇਲੈਕਸ਼ਨ ਵੀ ਸਵੇਰ ਤੱਕ ਤੇ ਸ਼ਾਮ ਦੇ 5 ਵਜੇ ਤੱਕ ਤੇ ਲੋਕੀ ਗੱਲਾਂ ਕਰਨੀਆਂ ਐ ਐਂਡ ਅੱਧਾ ਘੰਟਾ ਵੀ ਬੜਾ ਇੰਪੋਰਟੈਂਟ ਹੁੰਦਾ ਜੋ ਵੋਟਾਂ ਪੈਣ ਗਿਆ ਤੇ ਉਹਦੇ ਨਾਲ ਹਵਾ ਦੇ ਬਾਣੀ ਹੀ ਗਈ ਹੈ ਜਿਨ੍ਹਾਂ ਲੋਕਾਂ ਦੇ ਵਿੱਚ ਹਵਾ ਬਾਣੀ ਬਣ ਗਿਆ ਜਿਨ੍ਹਾਂ ਲੋਕਾਂ ਨੇ ਲਾਈਕ ਨਹੀਂ ਕਰਨਾ ਉਹ ਵੀ ਸਾਰਿਆਂ ਨੂੰ ਸਪਸ਼ਟ ਹੋ ਚੁੱਕਾ ਹੈ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਸੋਢਾ ਨੇ ਸਾਚ ਦੇ ਵਿੱਚ ਅਸੀਂ ਅੱਜ ਇਸ ਕਰਕੇ ਇਸ ਵਿਸ਼ੇ ਨੂੰ ਚੁਣਿਆ ਕਿਉਂਕਿ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਵੱਲ ਨੂੰ ਤੁਰਨੇ। ਲੋਕਾਂ ਦਾ ਆਪਣਾ ਅਧਿਕਾਰ ਹੈ, ਆਪਣੀ ਮਰਜ਼ੀ ਹੈ ਪਰ ਕਿਸੇ ਵੀ ਦਬਾਅ ਹੇਟ, ਕਿਸੇ ਵੀ ਲਾਲਚ ਹੇਟ ਜੇਕਰ ਵੋਟ ਨਹੀਂ ਪਾਈ ਜਾਂਦੀ ਤੇ ਉਸ ਦੇ ਨਾਲ ਹੀ ਚੰਗੇ ਬੰਦੇ ਆ ਜਿਹੜੇ ਉਹ ਪਾਰਲੀਮੈਂਟ ਦੀਆਂ ਪੌੜੀਆਂ ਛੱਡ ਸਕਦੇ ਆ। ਫਿਲਹਾਲ ਇਸ ਚਰਚਾ ਵਿੱਚ ਅੱਜ ਦੇ ਲਈ ਇੰਨਾ ਹੀ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।